ਓਨਲੀ ਫੈਨਸ ਨਾਂ ਦੀ ਕੋਈ ਚੱਲ ਰਹੀ ਹੈ ਜਿੱਥੇ ਪੌਨ ਸਿੱਧਾ ਤੌਰ ਦੇ ਉੱਤੇ ਹੋ ਰਿਹਾ ਔਰ ਸਾਡੀਆਂ ਕੁੜੀਆਂ ਇਨਵੋਲਵ ਹੋਈਆਂ, ਜਿਹਦਾ ਕ੍ਰਿਟਿਸਿਜ਼ਮ ਬਹੁਤ ਹੋਇਆ। ਇਹ ਕੀ ਇਹਦਾ ਨੰਬਰ ਵੱਡਾ ਹੈ ਜਾਂ ਵੱਧ ਰਿਹਾ ਉੱਥੇ? ਨੰਬਰ ਬਹੁਤ ਜ਼ਿਆਦਾ ਵੱਡਾ ਨਹੀਂ ਹੈ, ਬਟ ਆਫਕੋਰਸ ਹਾਂ, ਕੁੜੀਆਂ ਹੈਗੀਆਂ ਨੇ, ਸਾਡੀਆਂ ਪੰਜਾਬੀ ਕੁੜੀਆਂ ਹੀ ਨੇ ਉੱਥੇ। ਪਰ ਤੁਸੀਂ ਜਦੋਂ ਕਹਿੰਦੇ ਨਾ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਦੂਜਾ ਪਹਿਲੂ ਮੈਂ ਇੱਕ ਵਾਰ ਜਾਣਨ ਦੀ ਕੋਸ਼ਿਸ਼ ਕੀਤੀ, ਬਟ ਅੱਗੋਂ ਉਹੀ ਚੀਜ਼ ਸੁਣਨ ਨੂੰ ਮਿਲੀ ਕਿ ਹਰ ਕਿਸੇ ਦਾ ਸ਼ੌਂਕ ਨਹੀਂ ਹੁੰਦਾ, ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਸਾਡੀ ਮਜਬੂਰੀ ਸੀ, ਅਸੀਂ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ। ਫਿਰ ਉੱਥੇ ਉਹੀ ਗੱਲ ਆ ਗਈ ਕਿ ਸਾਡੇ ਆਪਣੇ ਬੰਦਿਆਂ ਨੇ ਹੀ ਸਾਡਾ ਸ਼ੋਸ਼ਣ ਕੀਤਾ ਕਿ ਪੈਸੇ ਨਹੀਂ ਦਿੱਤੇ, 6-6 ਮਹੀਨੇ ਦੀਆਂ ਸਾਡੀਆਂ ਤਨਖਾਹਾਂ ਰੱਖ ਲਈਆਂ। ਜਦੋਂ PR ਦੇ ਪੇਪਰ ਲੱਗਦੇ, ਬਹੁਤ ਸਾਰੇ ਜਿਹੜੇ ਇੰਪਲੋਇਰਸ ਨੇ ਉਹ ਕੁੜੀਆਂ ਨੂੰ ਐਕਸਪਲੋਇਟ ਕਰਦੇ ਆ ਫਿਜ਼ੀਕਲੀ ਵੀ ਪੇਪਰ ਤਾਂ ਦੇਵਾਂਗੇ। ਇਹ ਬਿਲਕੁਲ ਇਹ ਗੱਲ ਠੀਕ ਹੈ, ਔਰ ਇਹ ਮੈਨੂੰ ਲੱਗਦਾ ਕਿ ਇਕੱਲੀ ਕੈਨੇਡਾ ਦੀ ਗੱਲ ਨਹੀਂ ਹੈ, ਅਸੀਂ ਇੰਡੀਆ ਦੀ ਵੀ ਗੱਲ ਕਰੀਏ ਤੇ ਇਹ ਹਰ ਪ੍ਰੋਫੈਸ਼ਨ ਦੇ ਵਿੱਚ ਹੈ ਕਿ ਤੁਸੀਂ ਪ੍ਰੋਮੋਸ਼ਨ ਲੈਣੀ ਹੈ ਜਾਂ ਕਿਸੇ ਵੇਲੇ ਤੁਹਾਨੂੰ ਰੇਸ ਤੁਹਾਡਾ ਰੋਕ ਲਿਆ ਜਾਂਦਾ ਹੈ। ਸੋ ਇਹਦੇ ਵੀ ਦੋ ਪਹਿਲੂ, ਮੀਡੀਆ ਦੇ ਵਿੱਚ ਵੀ ਹੈ, ਬਿਲਕੁਲ ਹੈ। ਔਰ ਇਕੱਲੀ ਕੁੜੀਆਂ ਨੇ ਨਹੀਂ, ਮੈਂ ਮੁੰਡਿਆਂ ਦੇ ਵਿੱਚ ਵੀ ਇਹ ਚੀਜ਼ ਦੇਖੀ ਹੈ, ਮੁੰਡੇ ਵੀ ਐਕਸਪਲੋਇਟ ਹੁੰਦੇ ਨੇ। ਅੱਛਾ, ਬਹੁਤ ਵੱਡੇ ਲੈਵਲ ਤੇ ਮੁੰਡੇ ਐਕਸਪਲੋਇਟ ਹੁੰਦੇ ਨੇ। ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਤੁਸੀਂ ਕਹੋ ਕਿ ਤੂੰ ਯਾਰ ਗੱਲ ਕਿਉਂ ਨਹੀਂ ਕਰਦਾ, ਕਿ ਮਜਬੂਰੀਆਂ ਨੇ। ਇਹ ਨਵੀਂ ਗੱਲ ਕਰ ਰਹੇ ਹੋ ਤੁਸੀਂ ਕਿ ਮੁੰਡੇ ਕਿਸ ਤਰੀਕੇ ਨਾਲ ਐਕਸਪਲੋਇਟ ਇਸ ਇੰਡਸਟਰੀ ਦੇ ਤਰੀਕੇ ਦੇ ਨਾਲ, ਸੇਮ ਤਰੀਕੇ ਦੇ ਨਾਲ। ਸਾਡੀ ਕਮਿਊਨਿਟੀ ਚ ਵੀ ਵਧਿਆ ਇਹ ਟ੍ਰੈਂਡ LGBTQ ਦਾ? ਬਿਲਕੁਲ, ਕਿਉਂਕਿ ਕੁੜੀਆਂ ਲੈਸਬੀਅਨਸ ਬਣ ਰਹੀਆਂ, ਮੁੰਡੇ ਗੇਜ਼ ਬਣ ਰਹੇ ਆ। ਹੋ ਰਿਹਾ ਹੈ ਜੀ, ਉੱਥੇ ਜ਼ਿਆਦਾ, ਕਿਉਂਕਿ ਇੱਥੇ ਹਾਲੇ ਇੰਨਾ ਓਪਨਲੀ ਚੀਜ਼ਾਂ ਸਾਹਮਣੇ ਨਹੀਂ ਆ ਰਹੀਆਂ ਇੱਥੇ। ਤੁਸੀਂ ਵੈਸੇ ਜੇ ਹੁਣ ਇੰਸਟਾਗ੍ਰਾਮ ਦੀ ਗੱਲ ਕੀਤੀ, ਤੁਸੀਂ ਇੰਸਟਾਗ੍ਰਾਮ ਚੈੱਕ ਕਰੋ ਤਾਂ ਤੁਹਾਨੂੰ ਬਹੁਤ ਸਾਰੀਆਂ ਫਾਈਲਸ ਮਿਲਣਗੀਆਂ। ਹਾਂ, ਇੱਕ ਮੁੰਡੇ ਬਾਰੇ ਮੈਂ ਜ਼ਿਕਰ ਵੀ ਕੀਤਾ ਸੀਗਾ ਉਹਦੇ ਵਿੱਚ, ਜਿਸ ਤੋਂ ਬਾਅਦ ਮੈਂ ਸਰਪ੍ਰਾਈਜ਼ਡ ਹੋਇਆ। ਉਹ ਇੱਕ ਸਿੱਖ ਨੌਜਵਾਨ ਸੀਗਾ ਜਿਹੜਾ ਮੇਕਅਪ ਕਰਕੇ ਔਰ ਉਹ ਔਰਤਾਂ ਵਾਲੇ ਅਟਾਇਰ ਪਾਉਂਦਾ, ਤਾਂ ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਡਿਕਲੇਅਰ ਕਰ ਕਿ ਤੂੰ ਟਰਾਂਸਜੈਂਡਰ ਹੈ, ਤੂੰ ਗੇ ਹੈ, ਕੀ ਹੈ। ਵੱਡੀ ਉਮਰ ਦੇ ਐਂਕਰ ਸੀਗੇ, ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਪੰਜਾਬ ਦੇ ਮਾਪਿਓ ਨੂੰ ਕਹਿੰਦਾ ਕਿ ਕੁੜੀਆਂ ਇਕੱਲੀਆਂ ਨਾ ਭੇਜੋ, ਵਿਆਹ ਕੇ ਭਾਵੇਂ ਭੇਜ ਦਿਓ ਇੱਥੇ। ਸੋ ਇਹ ਕਿੱਥੇ ਗਰੰਟੀ ਹੈ ਕਿ ਵਿਆਹੀ ਹੋਈ ਕੁੜੀ ਗਲਤ ਰਸਤੇ ਤੇ ਨਹੀਂ ਜਾ ਸਕਦੀ। ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇਹ ਅਸਲ ਤਸਵੀਰਾਂ ਨੇ ਕਿ ਸੂਟਕੇਸ ਦੇ ਉੱਪਰ ਬੱਚੇ ਸੁੱਤੇ ਹੋਏ ਨੇ, ਜੰਗਲਾਂ ਦੇ ਵਿੱਚ ਬੱਚੇ ਸੁੱਤੇ ਹੋਏ ਨੇ, ਕਿਉਂਕਿ ਕੈਨੇਡਾ ਸਿਮਰਨ ਜੀ ਅੱਜ ਤੋਂ 10 ਸਾਲ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ ਹੁਣ। ਅੱਛਾ, ਇਹਦੇ ਵਿੱਚ ਕੋਈ ਨੈਗੇਟਿਵਿਟੀ ਨਹੀਂ ਹੈ, ਸਾਰੀਆਂ ਚੀਜ਼ਾਂ ਉੱਥੇ ਪਲੈਨਡ ਉਹਨਾਂ ਮੁਲਕਾਂ ਨੇ ਇਸ ਹਿਸਾਬ ਦੇ ਨਾਲ ਕੀਤੀਆਂ ਨੇ ਕਿ ਕੋਈ ਗਲਤ ਗੱਲ ਨਹੀਂ ਹੈ। ਜਿਹੜੇ ਲੋਕ ਕਹਿੰਦੇ ਨੇ ਕਿ ਤੁਸੀਂ ਫਸਦੇ ਜਾਂਦੇ ਹੋ ਜਾਲ ਦੇ ਵਿੱਚੋਂ ਤੇ ਫਿਰ ਤੁਸੀਂ ਨਿਕਲਣਾ ਵੀ ਚਾਹੋ ਤਾਂ ਤੁਸੀਂ ਨਿਕਲ ਨਹੀਂ ਸਕਦੇ। ਸਾਡੇ ਵਾਲੇ ਦੇ ਇਸ ਐਪੀਸੋਡ 'ਚ ਤੁਹਾਡਾ ਸਵਾਗਤ ਹੈ। ਅਕਸਰ ਪੱਤਰਕਾਰਾਂ ਦੇ ਨਾਲ ਰੂਬਰੂ ਹੁੰਦੇ ਹਾਂ ਇਸ ਐਪੀਸੋਡ ਰਾਹੀਂ, ਇਸ ਸੀਰੀਜ਼ ਦੇ ਰਾਹੀਂ। ਅੱਜ ਗੱਲ ਪੰਜਾਬ ਤੋਂ ਕੈਨੇਡਾ ਦੀ ਕਰਾਂਗੇ। ਕੈਨੇਡਾ ਗਏ ਵਿਦਿਆਰਥੀਆਂ ਬਾਰੇ ਬੜੀਆਂ ਧਾਰਨਾਵਾਂ ਬਣਦੀਆਂ। ਅਸੀਂ ਇੱਥੇ ਬੈਠੇ ਹਾਂ ਪੰਜਾਬ 'ਚ, ਇੰਡੀਆ 'ਚ ਬਹਿ ਕੇ ਰੋਜ਼ ਇੰਟਰਵਿਊਸ ਕਰਦੇ ਹਾਂ, ਇਮੀਗ੍ਰੇਸ਼ਨ ਵਾਲਿਆਂ ਨਾਲ ਵੀ ਗੱਲਬਾਤ ਹੁੰਦੀ ਹੈ, ਸਟੂਡੈਂਟਸ ਦੇ ਮਾਂ ਪਿਓ ਬਾਰੇ ਵੀ ਚਰਚਾ ਹੁੰਦੀ ਹੈ, ਔਰ ਸਾਨੂੰ ਬਹੁਤ ਸਾਰੀ ਇਨਪੁੱਟਸ ਜਿਹੜੇ ਉੱਥੋਂ ਦੇ ਚੈਨਲਸ ਤੋਂ ਮਿਲਦੀ ਰਹਿੰਦੀ ਹੈ ਕਿ ਸਟੂਡੈਂਟਸ ਦੇ ਹਾਲ ਬਹੁਤ ਮਾੜੇ ਨੇ, ਕੀ ਕਿਹਾ ਗਿਆ ਇਹਦੇ 'ਤੇ ਗੌਰ ਫਰਮਾਉਣ ਦੀ ਲੋੜ ਹੈ। ਇੱਥੋਂ ਤੱਕ ਕਿਹਾ ਗਿਆ ਕਿ ਸਾਡੀਆਂ ਧੀਆਂ ਉੱਥੇ ਜਾ ਕੇ ਦੇਹ ਵਪਾਰ ਕਰਨ ਲੱਗ ਗਈਆਂ ਕਿਉਂਕਿ ਫੀਸਾਂ ਪੂਰੀਆਂ ਨਹੀਂ ਹੋ ਰਹੀਆਂ। ਇਹਦੇ ਕੌਂਟਰੇਰੀ ਵੀ ਲੋਕ ਆ ਕੇ ਖੜਦੇ ਰਹੇ ਹੈ ਕਿ ਇਹ ਗੱਲਾਂ ਬਕਵਾਸ ਨੇ, ਕੁਛ ਪ੍ਰਮੋਟ ਨਾ ਕੀਤਾ ਜਾਵੇ। ਅੱਜ ਕੈਨੇਡਾ ਦੀ ਜ਼ਿੰਦਗੀ, ਵਿਦਿਆਰਥੀਆਂ ਦੀ ਜ਼ਿੰਦਗੀ, ਉੱਥੇ ਜਾ ਰਹੇ ਲੋਕਾਂ ਦੇ ਸੁਪਨੇ ਕਿਵੇਂ ਪੂਰੇ ਹੁੰਦੇ ਆ, ਕਿੰਨਾ ਕੁ ਪੈਸਾ ਰਹਿਣ ਵਾਸਤੇ ਚਾਹੀਦਾ ਹੁੰਦਾ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਪੰਜਾਬ ਦਾ ਜਾਣਿਆ ਪਛਾਣਿਆ ਨਾਮ, ਪੰਜਾਬ ਦੀ ਹਰਫਨ ਮੌਲਾ, ਉਹ ਜਰਨਲਿਸਟ ਜਿਹਨੇ
ਨਿਊਜ਼ 18 ਤੋਂ ਲੈ ਕੇ ਹੋਰ ਬਹੁਤ ਸਾਰੇ ਪਲੈਟਫਾਰਮਸ ਤੇ ਕੰਮ ਕਰਕੇ ਆਪਣੀ ਪਛਾਣ ਬਣਾਈ ਅੰਮ੍ਰਿਤ ਵਿਰਦੀ ਸਾਡੇ ਨਾਲ ਨੇ। ਅੰਮ੍ਰਿਤ, ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ ਸਿਮਰਨ ਜੀ, ਥੈਂਕ ਯੂ ਫਾਰ ਯੋਰ ਕਾਈਂਡ ਵਰਡਸ ਐਂਡ ਥੈਂਕ ਯੂ ਫਾਰ ਹੈਵਿੰਗ ਮੀ। ਬਹੁਤਾ ਟਾਈਮ ਨਹੀਂ ਹੋਇਆ, ਸਾਲ ਡੇਢ ਹੀ ਹੋਇਆ ਹਲੇ ਕੈਨੇਡਾ ਗਿਆ। 2 ਸਾਲ ਹੋ ਗਏ ਜੀ। 2 ਸਾਲਾਂ ਚ ਕੀ ਦੇਖਿਆ ਕੈਨੇਡਾ ਦਾ, ਜਿਹੜੀ ਇੱਥੇ ਧਾਰਨਾ ਸੀ ਤੇ ਉੱਥੇ ਜਾ ਕੇ ਜੋ ਗਰਾਊਂਡ ਤੇ ਦੇਖਿਆ, ਫਰਕ ਹੈਗਾ? ਬਿਲਕੁਲ ਫਰਕ ਹੈ, ਦੋਨੋਂ ਪਾਸੇ ਫਰਕ ਹੈ, ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ। ਸਟੂਡੈਂਟਸ ਤੋਂ ਅਸੀਂ ਸ਼ੁਰੂ ਕਰ ਲਈਏ, ਅਫਕੋਰਸ ਸਾਨੂੰ ਲੱਗਦਾ ਕਿ ਬੜੀ ਫੇਰੀ ਟੇਲ ਜੀ ਲਾਈਫ ਹੈ, ਬੜੀ ਡ੍ਰੀਮੀ ਲਾਈਫ ਹੈ, ਤੇ ਉਹ ਚੀਜ਼ ਉੱਥੇ ਜਾ ਕੇ ਮੈਨੂੰ ਲੱਗਦਾ ਕਿ ਸਟੂਡੈਂਟਸ ਬਿਹਤਰ ਸਮਝ ਸਕਦੇ ਨੇ ਜਦੋਂ ਪਤਾ ਲੱਗਦਾ ਕਿ ਹਾਂ ਵੀ ਹੁਣ ਤੇ ਇੱਥੇ ਆ ਗਏ ਹਾਂ ਤੇ ਹੁਣ ਵਾਪਸ ਮੁੜਿਆ ਨਹੀਂ ਜਾਣਾ। ਤੇ ਹੁਣ ਕਈਆਂ ਦੀ ਇਹ ਚੀਜ਼ ਬਣ ਜਾਂਦੀ ਹੈ ਕਿ ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ, ਤੇ ਕਈਆਂ ਨੂੰ ਹੈ ਕਿ ਨਹੀਂ ਹੁਣ ਜੇ ਪੈਸੇ ਲਾ ਕੇ ਆਏ ਆ ਕੁਝ ਬਣਨਾ ਹੈ ਤੇ ਫਿਰ ਮਿਹਨਤ ਕਰਨੀ ਹੈ। ਪਰ ਹਾਂ, ਫਰਕ ਬਹੁਤ ਹੈ, ਧਾਰਨਾਵਾਂ ਬਹੁਤ ਬਣੀਆਂ ਹੋਈਆਂ ਨੇ, ਮਿੱਥ ਵੀ ਬਹੁਤ ਨੇ, ਉਹ ਉੱਥੇ ਜਾ ਕੇ ਬ੍ਰੇਕ ਹੁੰਦੇ ਨੇ ਤੇ ਉੱਥੇ ਤਾਂ ਹੀ ਕਹਿੰਦੇ ਕਿ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ। ਜਿਵੇਂ ਤਸਵੀਰਾਂ ਆਪਾਂ ਦੇਖੀਆਂ ਵੀ ਸਟੂਡੈਂਟਸ ਬਾਹਰ ਸੌਣ ਨੂੰ ਮਜਬੂਰ ਹੋਏ ਹੈ। ਇੱਕ ਵੀਡੀਓ ਆਈ ਸੀ ਜਿੱਥੇ ਕਿਸੇ ਮਾਲ ਦੇ ਜਾਂ ਮੈਟਰੋ ਸਟੇਸ਼ਨ ਦੇ ਬਾਹਰ ਇੱਕ ਬੰਦਾ ਪਿਆ ਸੀਗਾ, ਉੱਥੇ ਜਾ ਕੇ ਉਹਦੇ ਨਾਲ ਵੀਡੀਓ ਕਿਸੇ ਨੇ ਬਣਾਈ ਵੀਰ ਨੇ। ਇਹ ਵਾਕਈ ਇਹ ਹਾਲਾਤ ਬਣੇ ਕਿ ਹੁਣ ਉੱਥੇ ਰੋਟੀ ਖਾਣੀ ਵੀ ਔਖੀ ਹੋ ਗਈ ਹੈ? ਬਿਲਕੁਲ, ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇਹ ਅਸਲ ਤਸਵੀਰਾਂ ਨੇ ਕਿ ਸੂਟਕੇਸ ਦੇ ਉੱਪਰ ਬੱਚੇ ਸੁੱਤੇ ਹੋਏ ਨੇ, ਜੰਗਲਾਂ ਦੇ ਵਿੱਚ ਬੱਚੇ ਸੁੱਤੇ ਹੋਏ ਨੇ, ਕਿਉਂਕਿ ਕੈਨੇਡਾ ਸਿਮਰਨ ਜੀ ਅੱਜ ਤੋਂ 10 ਸਾਲ ਪਹਿਲਾਂ ਵਾਲਾ ਕੈਨੇਡਾ ਨਹੀਂ ਰਿਹਾ ਹੁਣ। ਇਹਦੇ ਵਿੱਚ ਕੋਈ ਨੈਗੇਟਿਵਿਟੀ ਨਹੀਂ ਹੈ, ਮੈਂ ਅੱਜ ਵੀ ਕਹਿੰਦੀ ਹਾਂ ਕਿ ਠੀਕ ਹੈ ਉਹ ਸਾਡੀ ਕਰਮ ਭੂਮੀ ਹੈ, ਭਾਰਤ ਸਾਡੀ ਜਨਮ ਭੂਮੀ ਹੈ, ਮੁਲਕ ਦੋਵੇਂ, ਹਰ ਕੋਈ ਮੁਲਕ ਵਧੀਆ ਹੁੰਦਾ ਹੈ, ਬਟ ਕੈਨੇਡਾ ਕਹਿੰਦੇ ਹਰ ਮੁਲਕ ਦਾ ਅਪ ਐਂਡ ਡਾਊਨ ਆਉਂਦਾ ਹੈ, ਤੇ ਕਹਿ ਲਈ ਕਿ ਕੈਨੇਡਾ ਇਸ ਵੇਲੇ ਆਪਣੇ ਡਾਊਨਫਾਲ ਦੇ ਵਿੱਚੋਂ ਗੁਜ਼ਰ ਰਿਹਾ ਹੈ, ਰਿਸੈਸ਼ਨ ਬਹੁਤ ਸਾਰੇ ਮਾਹਿਰ ਮੰਨਦੇ ਨੇ ਕਿ ਆ ਚੁੱਕਾ ਹੈ, ਕਈ ਕਹਿੰਦੇ ਨੇ ਕਿ ਔਨ ਦਾ ਵੇ ਹੈ, ਤੇ ਕਈ ਕਹਿੰਦੇ ਨੇ ਕਿ ਆਲਰੇਡੀ ਅਸੀਂ ਪਿਛਲੇ 4 ਸਾਲ ਤੋਂ ਰਿਸੈਸ਼ਨ ਦੇ ਵਿੱਚ ਹੀ ਜੀ ਰਹੇ ਹਾਂ। ਸੋ ਉੱਥੇ ਤਬਕਾ ਜਿਹੜਾ ਸਟੂਡੈਂਟਸ, ਅਫਕੋਰਸ ਇੱਕ ਬਹੁਤ ਵੱਡਾ ਹੈ ਕਿਉਂਕਿ ਕੈਨੇਡਾ ਦੀ ਇਕੋਨਮੀ ਦੇ ਵਿੱਚ ਸਟੂਡੈਂਟਸ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ, ਨੋ ਡਾਊਟ। ਤੇ ਹੁਣ ਜਿਹੜੀਆਂ GIC ਵਧਾਈਆਂ ਗਈਆਂ, ਜਿਹੜੀਆਂ ਫੀਸਿਸ ਦੇ ਵਿੱਚ ਵਾਧਾ ਕੀਤਾ ਗਿਆ, ਕੈਨੇਡਾ ਗਵਰਨਮੈਂਟ ਨੇ ਵੀ ਇਹੀ ਦਾਅਵਾ ਕੀਤਾ ਕਿ ਇਹ ਅਸੀਂ ਇਸੇ ਕਰਕੇ ਕਰ ਰਹੇ ਹਾਂ ਤਾਂ ਕਿ ਸਟੂਡੈਂਟਸ ਨੂੰ ਕੁਆਲਿਟੀ ਲਾਈਫ ਦਿੱਤੀ ਜਾ ਸਕੇ, ਕਿਉਂਕਿ ਸਰਕਾਰ ਨੂੰ ਵੀ ਨਜ਼ਰ ਆਉਂਦਾ ਪਿਆ ਹੈ ਕਿ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਹ ਸਾਡੇ ਦੇਸ਼ ਦੇ ਅਰਥਚਾਰੇ ਤੇ ਸਾਡੀ ਇਮੇਜ ਦੇ ਉੱਪਰ ਵੀ ਅਸਰ ਪਾ ਰਹੀਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਇੱਥੋਂ ਤੱਕ ਸਿਮਰਨ ਜੀ ਹਾਲਾਤ ਉੱਥੇ ਬਣ ਗਏ ਕਿ ਕੈਨੇਡਾ ਦੀਆਂ ਫੂਡ ਬੈਂਕਸ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਖਾਣਾ ਦੇਣਾ ਬੰਦ ਕਰ ਦਿੱਤਾ, ਬੰਦ ਕਰਤਾ, ਬੋਰਡ ਲਗਾ ਦਿੱਤੇ ਗਏ ਬਾਹਰ। ਤੁਸੀਂ ਅੱਜ ਵੀ ਜੇ ਸਰਚ ਕਰੋ ਫੂਡ ਬੈਂਕਸ ਕੀ ਹੁੰਦੇ ਆ ਉੱਥੇ, ਫੂਡ ਬੈਂਕਸ ਜਿੱਦਾਂ ਕਈ NGOs ਵੱਲੋਂ ਚਲਾਏ ਜਾਂਦੇ ਨੇ, ਕਈ ਗਵਰਨਮੈਂਟ ਬੇਸਡ ਹੁੰਦੇ ਨੇ, ਫ੍ਰੀ ਆਫ ਕਾਸਟ ਫੂਡ ਪ੍ਰੋਵਾਈਡ ਕਰਦੇ ਆ, ਬਟ ਉਹ ਕਹਿੰਦੇ ਕਿ ਉੱਥੇ ਬਾਹਰ ਵੱਡਾ ਵੱਡਾ ਪੋਸਟਰ ਲਗਾ ਦਿੱਤੇ ਗਏ ਕਿ ਨੋ ਫੂਡ ਫਾਰ ਇੰਟਰਨੈਸ਼ਨਲ ਸਟੂਡੈਂਟਸ, ਨੋ ਫ੍ਰੀ ਫੂਡ ਫਾਰ। ਤੁਸੀਂ ਦੇਖਿਆ ਇਹ ਅੱਖੀ? ਬਿਲਕੁਲ, ਇਹ ਮੇਰੇ ਹੱਥੀਂ ਬਣਾਈ ਹੋਈ ਖਬਰ ਵੀ ਹੈ ਤੇ ਬੜੀ ਹੈਰਾਨੀ ਹੋਈ ਮੈਨੂੰ ਵੀ ਪਹਿਲਾਂ। ਇਹ NGOs ਚਲਾ ਕੌਣ ਰਹੇ ਹੈ? ਇਹ NGOs ਕਈ ਉੱਥੇ ਜਿੱਦਾਂ ਕਈ ਅਸੀਂ ਕਹਿ ਦਿੰਦੇ ਕਿ ਮੋਤਵਾਰ ਹੁੰਦੇ ਨੇ, ਨਹੀਂ ਆਪਣੇ ਪੰਜਾਬੀ, ਆਪਣੇ ਪੰਜਾਬੀਆਂ ਦੇ ਵੀ NGOs ਨੇ ਤੇ ਕਈ ਗੋਰਿਆਂ ਦੇ ਵੀ। ਪਰ ਸਾਡੀ ਤੇ ਫਿਲਾਸਫੀ ਚ ਹੀ ਨਹੀਂ ਹੈਗੀ ਇਹ ਗੱਲ, ਅਸੀਂ ਤਾਂ ਫ੍ਰੀ ਜਿਹੜਾ ਫੂਡ ਹੈ ਅਸੀਂ ਲੰਗਰ ਦਿੰਨੇ ਆ, ਤੇ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਸਾਡੇ ਲੋਕਾਂ ਦੀ ਵਿਚਾਰ ਚੋਂ ਇਹ ਗੱਲ ਨਿਕਲ ਰਹੀ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਬੰਦ ਹੈ, ਤੇ ਇਹ ਉਹ ਵੀ ਆਪਣੇ ਲੋਕ ਹੁੰਦੇ ਨੇ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਮੇਰੀ ਗੱਲ ਬੁਰੀ ਵੀ ਲੱਗੇ ਕਿ ਸਟੂਡੈਂਟਸ ਦਾ ਸ਼ੋਸ਼ਣ ਜਿਹੜਾ ਉੱਥੇ ਸਭ ਤੋਂ ਵੱਧ ਕੀਤਾ ਜਾਂਦਾ ਹੈ, ਉਹ ਵੀ ਇਹੀ ਕਿਹਾ ਜਾਂਦਾ ਹੈ ਆਪਣੇ ਲੋਕਾਂ ਵੱਲੋਂ। ਤੁਹਾਨੂੰ ਕੰਮ ਤੇ ਰੱਖ ਕੇ ਤੁਹਾਡੇ ਪੈਸੇ ਨਹੀਂ ਦਿੱਤੇ ਜਾਣੇ, ਤੁਹਾਡੇ ਇੱਕ ਬੇਸਿਕ ਵੇਜ ਹੁੰਦਾ ਹੈ ਜਿਹੜਾ ਉੱਥੇ ਕਿ ਜਿੱਦਾਂ ਘੰਟਿਆਂ ਦੇ ਹਿਸਾਬ ਨਾਲ, ਤੁਹਾਨੂੰ ਪਤਾ ਉੱਥੇ ਜ਼ਿੰਦਗੀ ਚੱਲਦੀ ਹੈ, ਸੋ $15 ਇਸ ਵੇਲੇ ਘੰਟੇ ਦੇ ਹਿਸਾਬ ਨਾਲ ਰੇਟ ਚੱਲ ਰਿਹਾ ਹੈ। ਪ੍ਰੋਵਿੰਸ ਦੇ ਵਿੱਚ ਡਿਫਰੈਂਟ ਹੋ ਜਾਂਦਾ ਕਿ ਚਲੋ ਅਲਬਰਟਾ ਦੇ ਵਿੱਚ 15 ਹੈ, BC ਦੇ ਵਿੱਚ 17 ਹੋ ਸਕਦਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ। ਸੋ ਉਹਦਾ ਮਤਲਬ ਇਹ ਹੁੰਦਾ ਹੈ ਕਿ ਉਸ ਬੇਸਿਕ ਰੇਟ ਤੋਂ ਘੱਟ ਤੁਸੀਂ ਕਿਸੇ ਨੂੰ ਨੌਕਰੀ ਤੇ ਨਹੀਂ ਰੱਖ ਸਕਦੇ। ਯੂ ਆਰ ਨੋਟ ਸਪੋਜ਼ ਟੂ ਹਾਇਰ ਐਨੀਬਡੀ
ਲੈਸ ਦੈਨ $15 ਪਰ ਆਵਰ, ਪਰ ਕਿਉਂਕਿ ਪਤਾ ਹੁੰਦਾ ਹੈ ਕਿ ਸਟੂਡੈਂਟਸ ਨੂੰ ਕੰਮ ਦੀ ਜ਼ਰੂਰਤ ਹੈ, ਉਹ ਆਏ ਨੇ, ਸੋ ਮੋਸਟਲੀ $6, $7, $8 ਸਟੂਡੈਂਟ ਰੱਖ ਲਿਆ ਜਾਂਦਾ ਹੈ, ਕੈਸ਼ ਤੇ ਰੱਖਿਆ ਜਾਂਦਾ ਹੈ ਕਿਉਂਕਿ ਪਤਾ ਹੈ ਕਿ 2 ਨੰਬਰ ਦੇ ਵਿੱਚ ਕੰਮ ਕੀਤਾ ਜਾਂਦਾ ਹੈ, ਸੋ ਉਹ ਸਟੂਡੈਂਟ ਰਾਜੀ ਹੋ ਜਾਂਦਾ ਇੰਨੇ ਚ ਕੰਮ, ਸਟੂਡੈਂਟ ਹੋ ਜਾਂਦਾ ਕਿਉਂਕਿ ਜਿਹੜੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ, ਸੋ ਸਟੂਡੈਂਟ ਨੂੰ ਕਰਨਾ ਹੀ ਪੈਂਦਾ ਹੈ ਕਿਉਂਕਿ ਮਾਪਿਆਂ ਤੋਂ ਵੀ ਕਿੰਨੇ ਪੈਸੇ ਮੰਗਾਈ ਜਾਣਗੇ, ਸੋ ਉਹ $6-$7 $8 ਕਿੰਨੇ ਕੁ ਪੈਸੇ ਚਾਹੀਦੇ ਆ ਮਿਨੀਮਮ ਉੱਥੇ ਰਹਿਣ ਵਾਸਤੇ ਜ਼ਿੰਦਗੀ ਬਸਰ ਇੱਕ ਆਮ ਸਧਾਰਨ ਜ਼ਿੰਦਗੀ ਲਈ? $4,000-$5,000 ਚਾਹੀਦੇ ਨੇ ਤੁਹਾਨੂੰ, ਕਿਉਂਕਿ ਇਹ ਵੀ ਅਗੇਨ ਪ੍ਰੋਵਿੰਸ ਤੇ ਡਿਪੈਂਡ ਕਰਦਾ ਹੈ, ਕਿਉਂਕਿ ਤੁਸੀਂ ਅੱਜ ਤੱਕ ਜੇ ਤੁਸੀਂ ਸੁਣਿਆ ਹੋਵੇ ਸਭ ਤੋਂ ਵੱਧ ਸਟੂਡੈਂਟ ਕਿਹੜੇ ਸੂਬੇ ਚ ਜਾ ਰਹੇ ਨੇ? ਬ੍ਰੈਮਟਨ, ਬ੍ਰੈਮਟਨ, ਸੋ ਬ੍ਰੈਮਟਨ ਟੋਰਾਂਟੋ ਦਾ ਇੱਕ ਐਸਾ ਸ਼ਹਿਰ ਹੈ ਜਿਹੜਾ ਸਭ ਤੋਂ ਮਹਿੰਗਿਆਂ ਦੇ ਵਿੱਚ ਮੰਨਿਆ ਜਾਂਦਾ, ਜਦੋਂ ਤੁਸੀਂ ਮੰਨ ਲਓ ਕਿ ਅਸੀਂ ਮੋਹਾਲੀ ਦੇ ਵਿੱਚ ਰਹਿ ਰਹੇ ਹਾਂ, ਚੰਡੀਗੜ੍ਹ ਦੇ ਵਿੱਚ ਤੇ ਮੋਹਾਲੀ ਦੇ ਵਿੱਚ ਫਰਕ ਹੈ, ਸੋ ਇਹੀ ਚੀਜ਼ ਹੈ ਕਿ ਅੱਗੇ ਤੁਸੀਂ ਖਰੜ ਨਿਕਲ ਜਾਓਗੇ, ਹੌਲੀ ਹੌਲੀ ਕੁਰਾਲੀ ਜਾਓਗੇ ਤੇ ਉਹ ਸਸਤਾ ਹੁੰਦਾ ਜਾਂਦਾ, ਸੋ ਪਰ ਕਿਉਂਕਿ ਇੱਥੇ ਜਿਹੜੇ ਏਜੰਟਸ ਨੇ, ਸਭ ਤੋਂ ਵੱਧ ਤੁਸੀਂ ਏਜੰਟਸ ਦੀਆਂ ਬੜੀਆਂ ਇੰਟਰਵਿਊਜ਼ ਕਰਦੇ ਹੋ, ਤੁਸੀਂ ਦੇਖੋ ਕਿ ਸਭ ਤੋਂ ਵੱਧ ਸਟੂਡੈਂਟਸ ਨੂੰ ਵੀਜ਼ਾ ਕਿੱਥੋਂ ਮਿਲਦਾ ਹੈ? ਬ੍ਰੈਮਟਨ ਦਾ, ਬਿਲਕੁਲ, ਸੋ ਬ੍ਰੈਮਟਨ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਰਹਿਣ ਦੇ ਲਈ ਘੱਟੋ ਘੱਟ $1,500 ਚਾਹੀਦਾ ਸਿਰਫ ਆਪਣੀ ਬੇਸਮੈਂਟ ਦੇ ਵਿੱਚ ਇੱਕ ਬੈੱਡ ਦੇ ਲਈ, ਬੇਸਮੈਂਟ ਉੱਥੇ ਏਦਾਂ ਦੀਆਂ ਸਿਮਰਨ ਜੀ ਬਣਾ ਦਿੱਤੀਆਂ ਗਈਆਂ ਨੇ ਕਿ ਹੈਰਾਨੀ ਹੁੰਦੀ ਹੈ ਕਿ ਲੋਕਾਂ ਨੇ ਆਪਣੇ ਗੈਰਾਜ ਜਿਹੜੇ ਨੇ ਉਹ ਵੀ ਬੇਸਮੈਂਟ ਵਾਂਗ ਬਣਾ ਕੇ ਉੱਥੇ ਵੀ ਬੈੱਡ ਲਗਾ ਦਿੱਤੇ ਨੇ, ਸੋ $1,500 to $2,000 ਤੋਂ ਕਿੰਨੇ ਕੁ ਬੈੱਡ ਚਾਹ? ਜਿਵੇਂ ਆਪਾਂ ਚੰਡੀਗੜ੍ਹ ਪੜ੍ਹਦੇ ਰਹੇ ਹਾਂ, ਤੁਸੀਂ ਵੀ ਆਮ ਸ਼ੋਰ ਸ਼ਾਇਦ ਚੰਡੀਗੜ੍ਹ ਪੜ੍ਹੇ ਹੋਏ ਆ, ਜਲੰਧਰ ਪੀਜੀ ਹੁੰਦੇ ਸੀ, ਪੀਜੀਆਂ ਚ ਇੱਕ ਕਮਰੇ ਚਾਰ ਚਾਰ ਪੰਜ ਪੰਜ ਬੈੱਡ ਲੱਗ ਜਾਂਦੇ ਸੀ ਔਰ ਬੁਰਾ ਹਾਲ ਹੋ ਜਾਂਦਾ ਸੀ, ਇੱਕੋ ਬਾਥਰੂਮ ਹੋਣਾ, ਸਵੇਰੇ ਕੰਮ ਤੇ ਜਾਣਾ ਜਾਂ ਕਿਸੇ ਨੇ ਕਾਲਜ ਜਾਣਾ ਤਾਂ ਬਾਹਰ ਖੜਕਾਉਂਦੇ ਰਹਿ ਜਾਂਦੇ ਸੀ ਵੀ ਤੂੰ ਖਾਲੀ ਕਰ, ਉਹ ਹਾਲਾਤ ਬਣੇ ਉੱਥੇ, ਕਿਉਂਕਿ ਸਾਡੇ ਇੱਥੇ ਬੇਸਮੈਂਟ ਦਾ ਕਲਚਰ ਨਹੀਂ ਹੈ, ਇਸ ਕਰਕੇ ਸਾਨੂੰ ਉਹ ਇੱਕ ਤਾਂ ਕਦੀ ਲੱਗਾ ਨਹੀਂ ਕਿ ਅਸੀਂ ਕਿਤੇ ਘੁੱਟ ਕੇ ਬੈਠ ਗਏ ਆ, ਸਾਨੂੰ ਵੈਂਟੀਲੇਸ਼ਨ ਮਿਲਦੀ ਹੈ, ਕਮਰੇ ਦੇ ਵਿੱਚ ਬਾਰੀਆਂ ਹੁੰਦੀਆਂ ਨੇ, ਉੱਥੇ ਚਲੋ ਬੇਸਮੈਂਟ ਹੁੰਦੀ ਹੈ, ਬੇਸਮੈਂਟ ਦਾ ਇੱਕ ਅਲੱਗ ਹਿਸਾਬ ਹੈ ਕਿ ਮੈਨੂੰ ਲੱਗਦਾ ਕਿ ਜਦੋਂ ਬੰਦਾ ਬੇਸਮੈਂਟ ਦੀਆਂ ਪੌੜੀਆਂ ਉਤਰਦਾ ਹੈ ਨਾ, ਉਹ ਹਰ ਪੌੜੀ ਤੁਹਾਨੂੰ ਦੱਸਦੀ ਹੈ ਕਿ ਹਾਂ ਵੀ ਤੁਸੀਂ ਇੱਕ ਨਵੀਂ ਦੁਨੀਆਂ ਦੇ ਵਿੱਚ ਆ ਗਏ ਹੋ, ਕਿਉਂਕਿ ਬੇਸਮੈਂਟ ਵਾਲਿਆਂ ਦੀ ਆਪਣੀ ਦੁਨੀਆਂ ਹੈ, ਇਸੇ ਕਰਕੇ ਨਿਮਰਤ ਖਹਿਰਾ ਜਦੋਂ ਉੱਥੇ ਬ੍ਰੈਮਟਨ ਸ਼ੈਰੀਡਨ ਕਾਲਜ 'ਚ ਜਾ ਕੇ ਗਾਉਂਦੇ ਨੇ ਤੇ ਇਹੀ ਕਹਿੰਦੇ ਨੇ ਕਿ ਮਹਿਲਾਂ 'ਚ ਮੂਵ ਹੋਵਾਂਗੇ ਕਦੇ ਬੇਸਮੈਂਟਾਂ 'ਚੋਂ, ਕਿਉਂਕਿ ਇਹ ਬਹੁਤ ਵੱਡਾ ਸਟਰਗਲ ਹੈ ਸਟੂਡੈਂਟ ਦਾ, ਸੋ ਉਸ ਬੇਸਮੈਂਟ ਦੇ ਵਿੱਚ ਇੱਕ ਬੇਸਮੈਂਟ ਦੇ ਵਿੱਚ 2 ਰੂਮ ਨੇ ਤਾਂ 2 ਰੂਮ ਦੇ ਵਿੱਚ ਕਿਤੇ 4 ਬੈਡਿੰਗ ਕਰ ਦਿੱਤੀ ਗਈ ਹੈ, 5 ਬੈਡਿੰਗ ਕਰ ਦਿੱਤੀ ਗਈ ਹੈ, ਬੈੱਡ ਦੇ ਹਿਸਾਬ ਦੇ ਨਾਲ ਉੱਥੇ ਦੇ ਦਿੱਤਾ ਗਿਆ ਕਿ ਚਲੋ ਠੀਕ ਹੈ, ਪਰ ਬੈੱਡ ਦੇ ਹਿਸਾਬ ਤੇ ਉਹ ਜਿਹੜੇ ਓਨਰ ਨੇ ਉਹ ਪੈਸਾ ਲੈ ਰਹੇ ਨੇ ਕਿ ਚਲੋ $1,400 ਪਰ ਬੈੱਡ ਲੈ ਲਿਆ, ਕਿਉਂਕਿ ਪਤਾ ਹੈ ਕਿ ਤੇ ਗਰੋਸਰੀ ਤੇ ਬਾਕੀ ਚੀਜ਼ਾਂ ਦਾ ਖਰਚਾ ਕਿੰਨਾ, ਗਰੋਸਰੀ ਕਿੰਨੇ ਕੁ ਡਾਲਰ ਦੀ, ਤੁਹਾਨੂੰ $1,000 ਦੀ ਗਰੋਸਰੀ ਵੀ ਚਾਹੀਦੀ, ਮਿਨੀਮਮ ਚਾਹੀਦੀ ਔਰ ਅਗੇਨ ਉਹੀ ਪ੍ਰੋਵਿੰਸ ਦੀ ਗੱਲ ਆ ਜਾਂਦੀ ਕਿਉਂਕਿ ਹਰ ਪ੍ਰੋਵਿੰਸ 'ਚ ਟੈਕਸ ਵੱਖਰਾ ਹੈ, ਜਿਵੇਂ ਅਲਬਰਟਾ ਦੇ ਵਿੱਚ ਮੈਂ ਰਹਿੰਦੀ ਹਾਂ, ਅਲਬਰਟਾ ਥੋੜਾ ਅਸੀਂ ਕਹਿ ਦਿੰਦੇ ਹਾਂ ਕਿ ਸਸਤਾ ਪ੍ਰੋਵਿੰਸ ਮੰਨਿਆ ਜਾਂਦਾ ਹੈ, ਹੁਣ ਤਾਂ ਚਲੋ ਖੈਰ ਕੁਛ ਵੀ ਨਹੀਂ ਰਿਹਾ ਸਸਤਾ, ਬਟ ਅਲਬਰਟਾ ਮੰਨਿਆ ਜਾਂਦਾ ਹੈ ਕਿ ਹਾਂ ਵੀ ਸਸਤਾ ਹੈ, 5% ਸਾਡੇ ਟੈਕਸ ਹੈ, ਤੁਸੀਂ BC ਦੇ ਵਿੱਚ ਜਾਂਦੇ ਹੋ ਤੁਹਾਡਾ 13% ਟੈਕਸ ਹੋ ਜਾਂਦਾ ਹੈ, ਉਹੀ ਸੇਮ ਚੀਜ਼ ਟੋਰਾਂਟੋ ਦੇ ਵਿੱਚ ਹੈ, ਸੋ ਪ੍ਰੋਵਿੰਸ ਟੂ ਪ੍ਰੋਵਿੰਸ ਡਿਫਰ ਕਰਦਾ ਹੈ ਟੈਕਸ, ਫਿਰ ਤੁਹਾਡੀ ਗਰੋਸਰੀ ਤੁਹਾਡੀ ਬੇਸਿਕ ਆ ਜਾਂਦੀ ਹੈ, ਫਿਰ ਅਫਕੋਰਸ ਤੁਹਾਨੂੰ ਗੱਡੀ ਰੱਖਣੀ ਪੈਂਦੀ ਹੈ, ਉਸ ਗੱਡੀ ਦੀਆਂ ਤੁਸੀਂ ਕਿਸ਼ਤਾਂ ਵੀ ਦੇਣੀਆਂ, ਉਸ ਗੱਡੀ ਦੇ ਵਿੱਚ ਤੁਸੀਂ ਗੈਸ ਵੀ ਭਰਵਾਉਣੀ, ਉਸ ਗੱਡੀ ਦੀ ਕਹਿੰਦੇ ਇੰਸ਼ੋਰੈਂਸ ਗੱਡੀ ਦਾ ਮਹਿੰਗਾ ਬਹੁਤ ਹੈ ਕਿਉਂਕਿ ਉਹ ਤੁਹਾਡੀ ਏਜ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੀ 18 ਸਾਲ ਦੇ ਵਿੱਚ ਤੁਸੀਂ ਆ ਗਏ, ਤੁਸੀਂ ਲਾਇਸੈਂਸ ਲੈ ਲਿਆ, ਤੁਹਾਡੀ ਉਮਰ ਛੋਟੀ ਹੈ, ਤੁਹਾਡੀ ਇੰਸ਼ੋਰੈਂਸ ਜ਼ਿਆਦਾ ਹੋਵੇਗੀ, ਤੁਹਾਡਾ ਇਹ ਸਟੇਟਸ ਰੈਕਰਡ ਚੈੱਕ ਕੀਤਾ ਜਾਵੇਗਾ, ਕ੍ਰੈਡਿਟ ਹਿਸਟਰੀ ਤੁਹਾਡੀ ਚੈੱਕ ਕੀਤੀ ਜਾਵੇਗੀ, ਸੋ ਸਟੂਡੈਂਟ ਦੀ ਕ੍ਰੈਡਿਟ ਹਿਸਟਰੀ ਤੁਹਾਨੂੰ ਪਤਾ ਬਣਾਉਣੀ ਕਿੰਨੀ ਮੁਸ਼ਕਲ ਹੈ, ਸੋ ਸਾਰੀਆਂ ਚੀਜ਼ਾਂ ਉੱਥੇ ਪਲੈਨਡ ਉਹਨਾਂ ਮੁਲਕਾਂ ਨੇ ਇਸ ਹਿਸਾਬ ਦੇ ਨਾਲ ਕੀਤੀਆਂ ਨੇ ਕਿ ਕੋਈ ਗਲਤ ਗੱਲ ਨਹੀਂ ਹੈ, ਜਿਹੜੇ ਲੋਕ ਕਹਿੰਦੇ ਨੇ ਕਿ ਤੁਸੀਂ ਫਸਦੇ ਜਾਂਦੇ ਹੋ ਜਾਲ ਦੇ ਵਿੱਚੋਂ ਤੇ ਫਿਰ ਤੁਸੀਂ ਨਿਕਲਣਾ ਵੀ ਚਾਹੋ ਤਾਂ ਤੁਸੀਂ ਨਿਕਲ ਨਹੀਂ ਸਕਦੇ। ਜਿਹੜੀਆਂ ਕੁੜੀਆਂ ਬਾਰੇ ਚਰਚਾਵਾਂ ਹੋਈਆਂ, ਇੱਕ ਪੰਜਾਬ ਦਾ ਇੱਕ ਵੱਡਾ ਚੈਨਲ ਹੈ ਜਿਹਦਾ ਮੈਂ ਨਾਂ ਨਹੀਂ ਲਊਂਗਾ, ਉਹਨੇ ਇੱਥੋਂ ਤੱਕ ਖਬਰਾਂ ਲਾਈਆਂ
ਰੈਗੂਲਰਲੀ ਲਾਈਆਂ ਕਿ ਕੁੜੀਆਂ ਉੱਥੇ ਦੇਹ ਵਪਾਰ 'ਚ ਪੈ ਗਈਆਂ ਅਤੇ ਧੰਦਾ ਕਰੇ ਸ਼ਬਦ ਵਰਤੇ ਗਏ। ਮੈਨੂੰ ਬਹੁਤ ਤਕਲੀਫ ਹੋਈ ਜਦੋਂ ਮੈਂ ਇਹ ਖਬਰ ਸੁਣੀ ਸੀਗੀ ਕਿ ਹੋ ਸਕਦਾ ਕੋਈ ਇੱਕ ਦੋ ਕੇਸਿਸ ਆ ਵੀ ਗਏ ਹੋਣ। ਤੁਹਾਨੂੰ ਕੋਈ ਇਹੋ ਜਿਹਾ ਉਹ ਮਾਫ ਕਰਨਾ ਮੈਂ ਤੁਹਾਨੂੰ ਟੋਕ ਰਹੀ ਹਾਂ, ਉਦਾਂ ਦੇ ਕੇਸਿਸ ਕੀ ਅਸੀਂ ਭਾਰਤ ਦੇ ਵਿੱਚ ਨਹੀਂ ਸੁਣੇ? ਮੈਂ ਉਹੀ ਕਹਿ ਰਿਹਾ ਕਿ ਤੁਹਾਡਾ ਇਹਦੇ ਤੇ ਓਪੀਨੀਅਨ ਕੀ ਹੈ? ਬਿਲਕੁਲ, ਜਿੱਦਾਂ ਤੁਸੀਂ ਹੈਰਾਨ ਹੋਏ, ਮੈਨੂੰ ਵੀ ਬੜੀ ਹੈਰਾਨੀ ਹੋਈ ਕਿਉਂਕਿ ਮੈਂ ਆਈ ਹੈਵ ਸੀਨ ਦ ਥਿੰਗਸ ਇਨ ਫਰੰਟ ਆਫ ਮਾਈ ਆਈਜ਼ ਕਿ ਕੁੜੀਆਂ ਕਿੰਨੀ ਮਿਹਨਤ ਕਰਦੀਆਂ ਨੇ, ਸਨੋ ਦੇ ਵਿੱਚ ਬਰਫ਼ ਦੇ ਵਿੱਚ ਖੜੀਆਂ ਰਹਿੰਦੀਆਂ ਨੇ, ਮੁੰਡੇ ਵੀ ਕੁੜੀਆਂ ਵੀ ਬਰਾਬਰ ਤੇ। ਸੋ ਅਸੀਂ ਸਿਰਫ ਚਾਰ ਚੀਜ਼ਾਂ ਦੇਖ ਕੇ ਇੱਕ ਟੈਗ ਲਗਾ ਦੇਣਾ ਸਾਰੀਆਂ ਕੁੜੀਆਂ ਤੇ, ਤੇ ਪੇਰੈਂਟਸ ਪਿੱਛੇ ਫਿਕਰਾਂ ਦੇ ਵਿੱਚ ਪੈ ਜਾਂਦੇ ਨੇ। ਇਦਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਕੁੜੀਆਂ ਦੇ ਪੇਰੈਂਟਸ ਮਨਾ ਕਰ ਦਿੰਦੇ ਨੇ ਕਿ ਅਸੀਂ ਉਹਨੂੰ ਭੇਜਣਾ ਨਹੀਂ। ਇੱਕ ਵੱਡੀ ਉਮਰ ਦੇ ਐਂਕਰ ਸੀਗੇ, ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਪੰਜਾਬ ਦੇ ਮਾਪਿਓ ਨੂੰ ਕਹਿੰਦਾ ਕਿ ਕੁੜੀਆਂ ਇਕੱਲੀਆਂ ਨਾ ਭੇਜੋ, ਵਿਆਹ ਕੇ ਭਾਵੇਂ ਭੇਜ ਦਿਓ ਇੱਥੇ। ਸੋ ਇਹ ਕਿੱਥੇ ਗਰੰਟੀ ਹੈ ਕਿ ਵਿਆਹੀ ਹੋਈ ਕੁੜੀ ਗਲਤ ਰਸਤੇ ਤੇ ਨਹੀਂ ਜਾ ਸਕਦੀ? ਨਹੀਂ ਜਾ ਸਕਦੀ। ਬਾਹਰਲੇ ਮੁਲਕਾਂ ਦੇ ਰੂਲਸ ਬੜੇ ਵਧੀਆ ਨੇ, ਕੁੜੀਆਂ ਸੇਫ ਜ਼ਿਆਦਾ ਨੇ, ਅਸੀਂ ਆਪਣੇ ਪੰਜਾਬ ਦੇ ਵਿੱਚ ਕਹਿ ਦਿੰਦੇ ਹਾਂ ਕਿ ਸੇਫ ਨਹੀਂ ਹੈ। ਸੋ ਇਹ ਚੀਜ਼ਾਂ ਤੇ ਮੈਨੂੰ ਲੱਗਦਾ ਕਿ ਹਰ ਥਾਂ ਤੇ ਅਸੀਂ ਦੇਖਦੇ ਹਾਂ, ਅਸੀਂ ਚੰਡੀਗੜ੍ਹ ਦੇ ਵਿੱਚ ਵੀ ਦੇਖਦੇ ਹਾਂ, ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਸੀ ਕਿ ਕੁੜੀਆਂ ਦੇ ਕਾਲਜ ਬੜੇ ਮਸ਼ਹੂਰ ਨੇ, ਕੁੜੀਆਂ ਦੇ ਕਾਲਜ ਦੇ ਬਾਹਰ ਤੁਸੀਂ ਖੜੇ ਹੋ ਜਾਓ ਤੇ ਤੁਹਾਨੂੰ ਮਿਲ ਹੀ ਜਾਣੀਆਂ ਨੇ ਇੱਦਾਂ ਦੀਆਂ ਕੁੜੀਆਂ, ਚਾਹੇ ਉਹ ਮਜਬੂਰੀ ਵੱਸ ਕਹਿ ਲਓ ਕਿ ਪੈਸੇ ਦੀ ਕਮੀ ਕਰਕੇ ਜਾਂ ਕੋਈ ਵੀ, ਤੁਸੀਂ ਇਹਨੂੰ ਨਾਮ ਦੇ ਦਿਓ ਤੇ ਇਟਸ ਐਵਰੀਵੇਅਰ। ਬਟ ਮੈਂ ਆਪਣੇ ਤਜਰਬੇ ਦੇ ਨਾਲ ਜਾਂ ਮੈਂ ਜੋ ਦੇਖਿਆ ਹੈ, ਕੁੜੀਆਂ ਤੇ ਸਟੂਡੈਂਟ ਖਾਸ ਤੌਰ ਤੇ, ਚਾਹੇ ਉਹ ਮੁੰਡੇ ਹੋਣ ਜਾਂ ਕੁੜੀਆਂ ਹੋਣ, ਬਹੁਤ ਮਿਹਨਤ ਕਰਦੇ ਨੇ ਸਿਮਰਨ ਜੀ। ਵਾਕਈ ਦੇ ਵਿੱਚ ਅਸੀਂ ਬੜੇ ਹੈਰਾਨ ਹੁੰਦੇ ਹਾਂ ਕਿ ਸਵੇਰੇ ਉੱਠ ਜਾਂਦੇ ਨੇ, ਸ਼ਿਫਟਾਂ ਤੇ ਜਾਂਦੇ ਨੇ, ਕਾਲਜ ਤੱਕ ਬਹਾਨਾ ਹੁੰਦਾ ਹੈ, ਦੋ ਦੋ ਸ਼ਿਫਟਾਂ ਕਰਦੇ ਨੇ, ਕੋਈ ਗੈਸ ਪੰਪ ਤੇ ਕੰਮ ਕਰ ਰਿਹਾ ਹੈ ਕਿ ਉਸ ਤੋਂ ਬਾਅਦ ਫਿਰ ਆਣ ਕੇ ਸਟੇਸ਼ਨ ਤੇ ਕੰਮ ਕਰ ਰਿਹਾ ਹੈ। ਇੰਨੀ ਟਫ ਲਾਈਫ ਹੈ, ਬੱਸਾਂ ਦੇ ਵਿੱਚ ਖੱਜਲ ਹੁੰਦੇ ਨੇ ਕਿਉਂਕਿ ਗੱਡੀਆਂ ਹਰ ਕਿਸੇ ਕੋਲ ਜਾਂਦੇ ਨਹੀਂ ਲਈ ਜਾਂਦੀਆਂ। ਇਹ ਕਹਿ ਦਿੱਤਾ ਜਾਂਦਾ ਹੈ ਕਿ ਜੇ ਸਟੂਡੈਂਟ ਆਪਣੀ GIC ਕਢਾ ਕੇ ਲੈਣ ਲੱਗ ਗਿਆ, ਉਹ ਇੱਕ ਕੈਟਾਗਰੀ ਸੀ ਨਾ, ਅਸੀਂ ਉਹਨੂੰ ਮਿਕਸ ਕਰਕੇ ਟੈਗ ਲਗਾ ਦਿੱਤਾ ਕਿ ਸਟੂਡੈਂਟਸ ਤਾਂ ਉੱਥੇ ਹੀ ਕਰ ਰਿਹਾ। ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਗਏ ਹੋ, ਤੁਹਾਨੂੰ ਪਰਸਨਲੀ ਕਿੰਨੇ ਕੁ ਔਖਾ ਲੱਗਿਆ ਅਡੈਪਟ ਕਰਨ ਦਾ? ਹਾਲਾਂਕਿ ਵਿਆਹ ਕੇ ਗਏ ਸੀਗੇ, ਬੜਾ ਥੋੜਾ ਪਰਸਨਲ ਜਿਹਾ ਸਵਾਲ ਹੈ ਇਹ, ਪਰ ਇੱਕ ਇੰਡੀਵਿਜੂਅਲ ਜਦੋਂ ਖਾਸ ਤੌਰ ਤੇ ਕੁੜੀ ਜਿਹੜੀ ਇੱਥੇ ਸੈਟਲਡ ਹੈ, ਜਿਹੜੀ ਨਾਂ ਕਮਾ ਰਹੀ ਹੈ, ਆਲ ਆਫ ਅ ਸਡਨ ਉੱਥੇ ਜਾਣਾ, ਇਹ ਫਰਕ ਦੱਸੋ ਵੀ ਜਿਹੜਾ ਬੰਦਾ ਇੱਥੇ ਸੈਟਲਡ ਹੈ ਉਹ ਵੀ ਜਾਵੇ ਜਾਂ ਉਹ ਇੱਥੇ ਹੈ ਤਾਂ ਇੱਥੇ ਰਹਿ ਜੇ? ਨਹੀਂ, ਮੇਰਾ ਦੇਖੋ ਜਿਹੜਾ ਪਰਸਨਲ ਵਿਊ ਹੈ, ਮੈਂ ਤਾਂ ਕਦੇ ਨਹੀਂ ਕਹਾਂਗੀ ਕਿਸੇ ਨੂੰ ਜਾਣ ਨੂੰ, ਨੋ ਅਫੈਂਸ ਆਫ ਕੋਰਸ, ਮੇਰੇ ਘਰ ਦੇ ਵੀ ਦੇਖ ਰਹੇ ਆ ਇਹ ਵੀਡੀਓ ਤੇ। ਪਰ ਹਾਂ, ਤੁਸੀਂ ਇਹ ਗੱਲ ਜਿਹੜੀ ਕਹੀ ਕਿ ਤੁਹਾਡਾ ਕਰੀਅਰ ਆਲਰੇਡੀ ਚੱਲ ਰਿਹਾ ਹੈ, ਮੈਂ ਤਾਂ ਕਹਿੰਦੀ ਕਰੀਅਰ ਪੀਕ ਤੇ ਜਾਣਾ ਤਾਂ ਦੂਰ ਦੀ ਗੱਲ ਹੈ, ਜੇ ਤੁਸੀਂ ਅੱਛਾ ਆਪਣੀ ਰੋਟੀ ਕਮਾ ਰਹੇ ਹੋ ਨਾ, ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਤੁਸੀਂ ਯੂ ਆਰ ਅਰਨਿੰਗ ਗੁੱਡ, ਕਿਉਂਕਿ ਉੱਥੇ ਵੀ ਤੁਸੀਂ ਹੈਂਡ ਟੂ ਮਾਊਥ ਹੀ ਹੋ, ਅੰਟਿਲ ਅਨਲੈਸ ਤੁਸੀਂ ਇੱਕ ਲੈਵਲ ਤੇ ਨਹੀਂ ਪਹੁੰਚਦੇ। ਮੈਂ ਗਈ, ਮੈਂ ਨੋ ਡਾਊਟ ਮੈਂ PR ਗਈ, ਮੈਨੂੰ ਉਸ, ਮੈਂ ਸਿਮਰਨ ਜੀ ਮੈਂ ਦੇਖ ਕੇ ਬੜੀ ਹੈਰਾਨ ਹਾਂ, ਮੈਂ ਇਮੈਜਿਨ ਨਹੀਂ ਕਰ ਪਾਉਂਦੀ ਕਦੇ ਕਿ ਜੇ ਇਸ ਤਰ੍ਹਾਂ ਦੀ ਲਾਈਫ ਮੈਨੂੰ ਸ਼ੁਰੂਆਤ ਕਰਨੀ ਪੈਂਦੀ ਤਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਸ਼ਾਇਦ ਮੈਂ ਉੱਥੇ 4 ਦਿਨ ਵੀ ਰਹਿ ਪਾਣਾ ਸੀ ਜਾਂ ਨਹੀਂ ਰਹਿ ਪਾਉਣਾ ਸੀ ਜਾਂ ਵਾਟ ਵਾਜ਼ ਮਾਈ ਡਿਸੀਜਨ। ਬਟ ਹਾਂ, ਜਿਹੜਾ ਇਨਸਾਨ PR ਜਾਂਦਾ ਹੈ ਜਾਂ ਜਿਹੜੇ ਸਟੱਡੀ ਤੇ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਜ਼ਮੀਨ ਅਸਮਾਨ ਦਾ ਫਰਕ ਹੈ, ਕਿਉਂਕਿ ਸਟਰਗਲ ਪੀਰੀਅਡ ਤੁਸੀਂ ਕੱਢ ਦਿੱਤਾ, ਉੱਥੇ ਬੱਚੇ ਦੀ ਜਦੋਂ PR ਹੋ ਜਾਂਦੀ ਹੈ ਉਸ ਦਿਨ ਉਹਨੂੰ ਲੱਗਦਾ ਕਿ ਹਾਂ ਹੁਣ ਮੇਰੀ ਜ਼ਿੰਦਗੀ ਸ਼ੁਰੂ ਹੋਈ ਹੈ, ਹੁਣ ਮੈਂ ਦੇਖਣਾ ਹੈ ਕਿ ਮੈਂ ਕਰਨਾ ਕੀ ਹੈ, ਕਿਉਂਕਿ ਉਸ ਤੋਂ ਬਾਅਦ ਤੁਹਾਡਾ ਘਰ ਲੈਣ ਦਾ ਸੁਪਨਾ ਸ਼ੁਰੂ ਹੁੰਦਾ ਹੈ, ਉਸ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਕਰਨਾ ਕੀ ਹੈ, ਫਿਰ ਥੋੜੀ ਜਿਹੀ ਲਾਈਫ ਟਰੈਕ ਤੇ ਆਉਂਦੀ ਹੈ। ਪਰ ਇਹ ਮਹਿਸੂਸ ਨਹੀਂ ਹੁੰਦਾ ਵੀ ਜੇ ਇੱਥੇ ਕਿਤੇ ਹੁੰਦੇ, ਜੇ ਵਿਆਹ ਤੋਂ ਬਾਅਦ ਵੀ ਜੇ ਚੰਡੀਗੜ੍ਹ ਅੰਮ੍ਰਿਤਸਰ ਦਿੱਲੀ ਵੀ ਵਿਆਹੇ ਜਾਂਦੇ ਤਾਂ ਮਾਂ ਦਾ ਫੋਨ ਆਉਂਦਾ ਤਾਂ ਸ਼ਾਇਦ ਅਗਲੇ ਦਿਨ ਗੱਡੀ ਚੱਕ ਕੇ ਮਾਂ ਕੋਲ ਪਹੁੰਚ ਜਾਂਦੇ, ਇਹ ਥੋੜਾ ਔਖਾ ਨਹੀਂ? ਇਹ ਬਿਲਕੁਲ ਔਖਾ ਹੈ ਇਸ ਚੱਕਰ ਦੇ ਵਿੱਚ
ਹਮੇਸ਼ਾ ਮੈਂ ਨਾ ਇੱਕ ਬੜੀ ਗੱਲ ਮੈਨੂੰ ਯਾਦ ਆਉਂਦੀ ਹੁੰਦੀ ਹੈ ਕਿ ਜਦੋਂ ਵੀ ਇੱਥੋਂ ਮੈਂ ਮਿਲ ਕੇ ਆਪਣੇ ਪੇਰੈਂਟਸ ਨੂੰ ਜਾਂਦੀ ਹਾਂ ਤੇ ਮਨ ਦੇ ਵਿੱਚ ਹੁੰਦਾ ਕਿ ਪਰਮਾਤਮਾ ਅਗਲੀ ਵਾਰ ਸੁਖੀ ਸਨ ਦੀ ਮੇਲ ਹੋਵੇ ਕਿ ਕੋਈ ਏਦਾਂ ਦਾ ਫੋਨ ਨਾ ਆਵੇ ਕਿ ਤੁਹਾਨੂੰ ਸਡਨਲੀ ਜਾਣਾ ਪੈ ਜਾਵੇ ਕਿਉਂਕਿ ਫਿਰ ਜਿਹੜੀ ਉਹ 16 ਘੰਟੇ ਦੀ ਫਲਾਈਟ ਹੈ ਨਾ ਭਾਵੇਂ ਤੁਸੀਂ ਡਾਇਰੈਕਟ ਵੀ ਲਈ ਹੋਵੇ ਉਹ ਵੀ ਤੁਹਾਨੂੰ 16 ਸਾਲਾਂ ਵਰਗੀ ਲੱਗਦੀ ਹੈ। ਬਹੁਤ ਵੱਡੀ ਗੱਲ ਹੈ ਇਹ, ਪਰ ਇਹ ਜਿਹੜੇ ਜਜ਼ਬਾਤ ਨੇ, ਇਹ ਮੈਮਰੀਜ਼ ਨੇ, ਇਹਨਾਂ ਨੂੰ ਕਿਵੇਂ ਕੈਰੀ ਕਰਕੇ ਉੱਥੇ ਲੈ ਕੇ ਜਾਂਦੇ ਹੋ ਫਿਰ? ਇਹ ਆਪਣੇ ਦਿਲ ਦੇ ਵਿੱਚ ਯਾਰ ਦੋਸਤ ਨੇ, ਸਹੇਲੀਆਂ ਨੇ, ਚੰਡੀਗੜ੍ਹ ਮੈਨੂੰ ਲੱਗਦਾ ਕਿ ਇਟਸ ਅ ਕਾਈਂਡ ਆਫ ਅ ਵਰਲਡ ਇਟਸੈਲਫ। ਚੰਡੀਗੜ੍ਹ ਆਪਣਾ ਹੀ ਇੱਕ ਵੱਖਰਾ ਮੁਲਕ ਹੈ। ਇਹ ਵੀ ਬੜਾ ਫਰਕ ਮੈਂ ਮੰਨਦੀ ਹੁੰਦੀ ਹਾਂ ਕਿ ਜਿਹੜੇ ਮੇਰਾ ਉੱਥੇ ਸਰਕਲ ਹੈ ਕਹਿਣਗੇ ਕੀ ਇੰਨਾ ਤੁਸੀਂ ਇੰਡੀਆ ਨੂੰ ਮਿਸ ਕਰਦੇ ਹੋ, ਕਿ ਐਡੀ ਕੀ ਗੱਲ ਹੈ। ਤੇ ਫਿਰ ਮੈਂ ਉਹਨਾਂ ਨੂੰ ਪੁੱਛੂੰਗੀ ਤੁਸੀਂ ਕਿੱਥੋਂ ਆਏ ਹੋ, ਕਹਿੰਦੇ ਜੀ ਅਸੀਂ ਆਹ ਪਿੰਡ ਤੋਂ ਆਏ ਹਾਂ, ਅਸੀਂ ਮਾਲਵੇ ਤੋਂ ਆਏ, ਅਸੀਂ ਦੁਆਬੇ ਤੋਂ ਆਏ। ਮੈਂ ਕਿਹਾ ਫਿਰ ਤੁਸੀਂ ਚੰਡੀਗੜ੍ਹ ਤੋਂ ਨਹੀਂ ਨਾ ਆਏ? ਇੱਕ ਚੰਡੀਗੜ੍ਹ ਤੋਂ ਜਾਣ ਵਾਲੇ ਇਨਸਾਨ ਦਾ ਵੀ ਬੜਾ ਫਰਕ ਪੈਂਦਾ ਹੈ, ਕਿਉਂਕਿ ਤੁਹਾਡਾ ਲਾਈਫ ਸਟਾਈਲ ਤੇ ਲਾਈਫ ਨੂੰ ਜੀਣ ਦਾ ਤਰੀਕਾ ਜੋ ਚੰਡੀਗੜ੍ਹ ਦੇ ਵਿੱਚ ਹੈ, ਮੈਨੂੰ ਲੱਗਦਾ ਕਿ ਉਹ ਸ਼ਾਇਦ ਹੋਰ ਖੱਟਿਆ ਉੱਥੇ ਸੈਟਲਡ ਵੀ ਹੋ, ਪੀਆਰ ਹੋ, ਤੁਹਾਨੂੰ ਉਹ ਸਮੱਸਿਆ ਨਹੀਂ ਆਈ ਵੀ ਤੁਹਾਨੂੰ ਸ਼ਿਫਟਾਂ ਲਾਉਣੀਆਂ ਜਾਂ ਰਹਿਣਾ ਪਿਆ ਹੋਵੇ, ਪਰ ਫਿਰ ਵੀ ਕਦੇ ਮਨ ਭਰਿਆ ਹੁੰਦਾ ਜਾਂ ਯਾਦ ਆ ਜਾਂਦੀ ਹੈ? ਜਦੋਂ ਸ਼ਾਮ ਦਾ ਸਮਾਂ ਹੁੰਦਾ ਹੈ ਤੇ ਫਿਰ ਤੁਸੀਂ ਦੇਖਦੇ ਹੋ ਕਿ ਹਾਂ ਹੁਣ ਦਿਲ ਤਾਂ ਹੈ ਕਾਫੀ ਪੀਣ ਦਾ, ਪਰ ਜਾਣਾ ਇਕੱਲੇ ਪੈਣਾ ਹੈ। ਮਾਂ ਵੀ ਹੈ ਨਹੀਂ ਕੋਲ, ਮਾਂ ਵੀ ਹੈ, ਵੀਡੀਓ ਕਾਲ ਲਾਉਣੀ ਪੈਂਦੀ, ਵੀਡੀਓ ਕਾਲ ਲਾਉਣੀ ਪੈਂਦੀ ਹੈ, ਦੋਸਤ ਵੀ ਨਹੀਂ ਹੈ। ਅੱਛਾ, ਤੁਸੀਂ ਇਕੱਲੇ ਵੀ ਕਿੰਨੀ ਦੇਰ ਜਾ ਸਕਦੇ ਹੋ, ਕਿੰਨਾ ਤੁਸੀਂ ਆਪਣੇ ਆਪ ਨੂੰ ਮੋਟੀਵੇਟ ਕਰੋਗੇ? ਯੂ ਕੈਨ ਨਾਟ ਕੀਪ ਯੋਰ ਸੈਲਫ ਮੋਟੀਵੇਟਡ ਆਲ ਦਾ ਡੇ ਕਿ ਕੋਈ ਗੱਲ ਨਹੀਂ ਮੈਂ ਇਕੱਲੀ ਜਾ ਸਕਦੀ ਹਾਂ, ਕੋਈ ਨਾ ਮੈਂ ਚੱਲਦੀ ਹਾਂ ਡਾਊਨ ਟਾਊਨ। ਇੱਕ ਟਾਈਮ 'ਤੇ ਤੁਹਾਨੂੰ ਕਮੀ ਖਲਦੀ ਹੀ ਹੈ ਕਿ ਨਹੀਂ ਮੈਨੂੰ ਆਵਾਜ਼ ਮਾਰਨ 'ਤੇ, ਕਿਉਂਕਿ ਉੱਥੇ ਹਰ ਇੱਕ ਦੀ ਲਾਈਫ ਬਿਜ਼ੀ ਹੈ, ਹਰ ਕੋਈ ਇੰਤਜ਼ਾਰ ਕਰਦਾ ਕਿ ਕਦੋਂ ਸੈਟਰਡੇ ਸੰਡੇ ਆਵੇ ਤੇ ਉਹ ਸੈਟਰਡੇ ਸੰਡੇ। ਇਹ ਬੜੀ ਗੱਲ ਹੈ, ਇਹ ਦੱਸੋ ਥੋੜ੍ਹਾ ਇਹਦੇ ਬਾਰੇ ਵੀ ਜਿੰਨਾ ਕੁ ਮੈਂ ਸੁਣਿਆ, ਮੈਂ ਬਾਕੀ ਵੀ ਕੈਨੇਡਾ ਤਾਂ ਨਹੀਂ ਖੈਰ ਗਿਆ ਮੁਲਕਾਂ 'ਚ, ਬੰਦਾ ਇਹ ਕਹਿੰਦਾ ਕਿ ਬਾਈ ਆਉਣਾ ਤਾਂ ਵੀਕਐਂਡ ਤੇ ਆ ਜੀ, ਸਾਡੇ ਕੋਲ ਹੋਰ ਸਮਾਂ ਹੈ ਨੀਗਾ, ਕਿਉਂਕਿ ਮੰਡੇ ਟੂ ਫਰਾਈਡੇ ਹਰ ਕਿਸੇ ਦਾ ਕੰਮ ਹੁੰਦਾ ਹੈ, ਸੈਟਰਡੇ ਸੰਡੇ ਉਹਨਾਂ ਦੇ ਫ੍ਰੀ ਹੁੰਦੇ ਨੇ। ਆਪਣੇ ਤਾਂ ਚਲੋ ਜਿਹੜੇ ਸ਼ਬਦ ਵਰਤਿਆ ਜਾਂਦਾ ਹੈ ਦੇਸੀ, ਇਹਦੇ 'ਚ ਕੋਈ ਮਾੜੀ ਗੱਲ ਨਹੀਂ, ਆਪਣਿਆਂ ਨੂੰ ਉੱਥੇ ਦੇਸੀ ਕਹਿੰਦੇ ਨੇ ਕਿ ਜਿੱਦਾਂ ਤੁਸੀਂ ਆਏ ਹੋ ਤੇ ਮੈਂ ਕਿਸੇ ਨੂੰ ਪੁੱਛਾਂ ਦੇਸੀ ਆਏ ਨੇ, ਆਪਣੀ ਕਮਿਊਨਿਟੀ ਨੂੰ ਉੱਥੇ ਆਪਣੇ ਬੰਦੇ ਕਹਿੰਦੇ ਨੇ ਕਿ ਜਿੱਦਾਂ ਕਿਸੇ ਕੁੜੀ ਨਾਲ ਗੱਲ, ਪਹਿਲਾਂ ਸੈਟਲਡ ਹੋਏ ਆ, ਪਹਿਲਾਂ ਹੋਟੇ ਹੋਏ ਨੇ। ਮੈਨੂੰ ਬੜਾ ਝਟਕਾ ਲੱਗਾ ਜਦੋਂ ਸੁਣ ਕੇ ਕਿਸੇ ਨੇ ਪੁੱਛਣਾ ਕੁੜੀ ਨਵੀਂ ਜੁਆਇਨ ਕੀਤੀ ਤੇ ਦੇਸੀ ਹੈ, ਮੈਂ ਕਿਹਾ ਦੇਸੀ ਮਤਲਬ? ਕਹਿੰਦੇ ਦੇਸੀ ਮਤਲਬ ਕਿ ਇੰਡੀਅਨ ਹੈ, ਪੰਜਾਬੀ ਹੈ, ਇੱਥੋਂ ਇਹ ਪਤਾ ਲੱਗਦਾ। ਸੋ ਆਪਣੇ ਜਿੰਨੇ ਪ੍ਰੋਗਰਾਮ ਨੇ ਉਹ ਵੀਕਐਂਡਸ ਤੇ ਬਣਦੇ ਨੇ, ਪਰ ਆਪਣੇ ਜਿਹੜੇ ਆਪਣੀ ਕਮਿਊਨਿਟੀ ਹੈ ਪੰਜਾਬੀਆਂ ਦੀ, ਖਾਸ ਤੌਰ ਤੇ ਸਾਊਥ ਏਸ਼ੀਅਨ ਕਮਿਊਨਿਟੀ ਪੂਰੀ, ਉਹਨੂੰ ਹੁੰਦਾ ਹੈ ਕਿ ਚਲੋ ਓਵਰ ਟਾਈਮ ਮਿਲ ਜੇ ਤੇ ਸੈਟਰਡੇ ਵੀ ਕੰਮ ਕਰ ਲਈਏ। ਗੋਰਿਆਂ ਦਾ ਇਹ ਕੰਮ ਨਹੀਂ ਹੈ, ਇਹ ਮੈਂ ਚੀਜ਼ ਦੇਖੀ ਹੈ, ਦੁਨੀਆਂ ਇੱਧਰ ਦੀ ਇੱਧਰ ਹੋ ਜਾਵੇ, ਉਹਨਾਂ ਨੇ ਆਪਣਾ ਸੈਟਰਡੇ ਸੰਡੇ ਲੈਣਾ ਹੀ ਲੈਣਾ। ਉਹਨਾਂ ਨੇ ਆਪਣੀ ਜਿਹੜੀ 5 ਦਿਨ ਦੇ ਵਿੱਚ ਕਮਾਇਆ, 15 ਦਿਨ ਦੇ ਵਿੱਚ ਕਮਾਇਆ, ਕਿਉਂਕਿ ਬਾਈ ਵੀਕਲੀ ਉੱਥੇ ਸੈਲਰੀ ਤੁਹਾਨੂੰ ਪੇ ਹੋ ਜਾਂਦੀ ਹੈ, 15 ਦਿਨ ਬਾਅਦ ਦਿੰਦੀ ਹੈ ਗਵਰਨਮੈਂਟ ਕਿ ਤੁਸੀਂ ਆਪਣੀ ਲਾਈਫ ਇੰਜੋਏ ਕਰੋ। ਬਟ ਆਪਣੇ ਵਾਲਿਆਂ ਨੂੰ ਹੁੰਦਾ ਹੈ ਕਿ ਚਲੋ ਜੀ ਕੋਈ ਨਾ ਓਵਰ ਟਾਈਮ ਮਿਲ ਜਾਵੇ, ਸੈਟਰਡੇ ਦਾ ਹੋਰ ਘੰਟੇ ਹੋ ਜਾਣਗੇ, ਕਿਉਂਕਿ ਉੱਥੇ ਬੜੀ ਇੰਟਰਸਟਿੰਗ ਜੀ ਗੱਲ ਹੈ ਕਿ 5 ਦਿਨ ਦਾ ਕੰਮ ਕੀਤਾ ਇੱਕ ਪਾਸੇ, 6ਵੇਂ 7ਵੇਂ ਦਿਨ ਤੁਹਾਨੂੰ 2.5 ਗੁਣਾ ਪੇ ਹੁੰਦਾ ਹੈ। ਅੱਛਾ, ਕਿ ਜਿਹੜਾ ਤੁਹਾਨੂੰ ਓਵਰ ਟਾਈਮ ਮਿਲਦਾ ਨਾ ਉਹ ਤੁਹਾਨੂੰ 2.5 ਗੁਣਾ ਮਿਲਦਾ, ਕਿ ਸਪੋਜ਼ ਤੁਸੀਂ $25 ਘੰਟੇ ਤੇ ਕੰਮ ਕਰ ਰਹੇ ਹੋ, ਪਰ ਜੇ ਤੁਸੀਂ ਸੈਟਰਡੇ ਤੇ ਸੰਡੇ ਨੂੰ ਕੰਮ ਕਰ ਰਹੇ ਹੋ ਤੁਹਾਨੂੰ $33 ਘੰਟੇ ਦੇ ਹਿਸਾਬ ਨਾਲ ਮਿਲਦਾ ਹੈ। ਤਾਂ ਇਨਸਾਨ ਦਾ ਨੈਚੁਰਲੀ, ਇਹਨੂੰ ਮੈਂ ਲਾਲਚ ਨਹੀਂ ਕਹਾਂਗੀ, ਇਹ ਉੱਥੋਂ ਦੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਇੱਦਾਂ ਦਾ ਬਣਾ ਦਿੱਤਾ ਗਿਆ ਇਨਸਾਨ ਨੂੰ ਕਿ ਅਸੀਂ ਕਦੇ ਇੱਥੇ ਇੰਡੀਆ ਦੇ ਵਿੱਚ ਇਹ ਨਹੀਂ ਸੋਚਿਆ ਕਿ ਸੰਡੇ ਆ ਤਾਂ ਮੈਂ ਸੰਡੇ ਲਾਵਾਂ, ਕਿਉਂਕਿ ਪਤਾ ਹੈ ਕਿ ਹਾਂ ਸੇਮ ਸੈਲਰੀ ਹੈ, ਅੰਟਿਲ ਅਨਲੈਸ ਕੋਈ ਵੱਡੀ ਗੱਲ ਨਹੀਂ ਹੈ ਤਾਂ ਅਸੀਂ ਨਹੀਂ ਜਾਂਦੇ। ਪਰ ਉੱਥੇ ਹੁੰਦਾ ਕਿ ਅੱਛਾ ਜੀ ਸੈਟਰਡੇ ਦਾ ਕੰਮ ਮਿਲ ਰਿਹਾ, ਹਾਂ ਹਾਂ ਮੈਂ ਅਵੇਲੇਬਲ ਹਾਂ, ਉਸ ਚੱਕਰ 'ਚ ਤੁਸੀਂ ਆਪਣੇ ਈਵੈਂਟਸ ਮਿਸ ਕਰ ਦਿੰਦੇ ਹੋ, ਤੁਸੀਂ ਆਪਣੀਆਂ ਗੈਦਰਿੰਗਸ ਮਿਸ ਕਰ ਦਿੰਦੇ ਹੋ, ਇੱਦਾਂ ਕਰਦੇ ਕਰਦੇ ਤੁਸੀਂ ਦੂਰ ਹੋ ਜਾਂਦੇ ਹੋ। ਥੋੜ੍ਹਾ ਮੀਡੀਆ ਦਾ ਦੱਸੋ, ਉੱਥੋਂ ਦੇ ਮੀਡੀਆ ਦਾ ਕੀ ਹਾਲ ਹੈ, ਕਿਵੇਂ ਬਿਹੇਵ ਕਰਦੇ ਹੈ? ਪੰਜਾਬ, ਤੁਸੀਂ ਪੰਜਾਬ 'ਚ ਵੀ ਕੰਮ ਕੀਤਾ, ਉੱਥੇ ਵੀ ਕੰਮ ਕੀਤਾ, ਉੱਥੋਂ ਦਾ ਮੀਡੀਆ ਅਫਕੋਰਸ ਇੰਡੀਆ ਦੇ ਮੀਡੀਆ ਤੋਂ ਬਹੁਤ ਡਿਫਰੈਂਟ ਹੈ। ਤੁਹਾਨੂੰ ਫਰਕ ਜ਼ਮੀਨ ਅਸਮਾਨ ਦਾ ਨਜ਼ਰ ਆਵੇਗਾ ਜਦੋਂ ਤੁਸੀਂ ਜਾਓਗੇ, ਕਿਉਂਕਿ ਇੱਕ ਤਾਂ
ਪ੍ਰੋਟੋਕਾਲ ਅਸੀਂ ਪੰਜਾਬ ਚ ਸੁਣਿਆ ਤਾਂ ਹੈ ਪਰ ਫੋਲੋ ਹੁੰਦਾ ਘੱਟ ਦੇਖਿਆ। ਉੱਥੇ ਹਰ ਇੱਕ ਚੀਜ਼ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਚੱਲਦੀ ਹੈ, ਉੱਥੇ ਰੂਲਸ ਰੈਗੂਲੇਸ਼ਨਸ ਨੇ, ਤੇ ਸ਼ਾਇਦ ਇੰਨਾ ਐਗਰੈਸਿਵਨੈਸ ਜਿੰਨੀ ਸਾਡੇ ਇੰਡੀਆ ਦੇ ਮੀਡੀਆ ਦੇ ਵਿੱਚ ਹੈ ਉਹ ਕਿਸੇ ਟਾਈਮ ਤੁਹਾਨੂੰ ਚੰਗੀ ਵੀ ਲੱਗਦੀ ਹੈ ਕਿ ਹਰ ਕੋਈ ਹਲਾ ਲਾਲਾ ਨਹੀਂ ਕਰ ਰਿਹਾ, ਕੋਈ ਬਹੁਤ ਜ਼ਿਆਦਾ ਰੌਲਾ ਨਹੀਂ ਪਾ ਦਿੱਤਾ, ਕੋਈ ਵੱਡੀ ਚੀਜ਼ ਨਹੀਂ ਬਣਾ ਦਿੱਤੀ। ਉੱਥੇ ਜੇ ਮਾਰਨਿੰਗ ਟਾਈਮ ਹੈ ਤਾਂ ਤੁਹਾਨੂੰ ਸੂਦਿੰਗ ਖਬਰਾਂ ਹੀ ਸਰਵ ਕੀਤੀਆਂ ਜਾਣਗੀਆਂ, ਕਿਉਂਕਿ ਪਤਾ ਹੈ ਕਿ ਕੋਈ ਕੋਨੇ ਦੇ ਵਿੱਚ ਬੈਠਾ ਆਪਣਾ ਕਾਫੀ ਦਾ ਚਾਹ ਦਾ ਸਿਪ ਲੈ ਰਿਹਾ, ਇੰਨਾ ਸੋਚਿਆ ਜਾਂਦਾ ਕਿ ਸਵੇਰ ਦੇ ਟਾਈਮ ਅੰਟਿਲ ਅਨਲੈਸ ਕੋਈ ਬਹੁਤ ਵੱਡੀ ਬ੍ਰੇਕਿੰਗ ਦਿਖਾਉਣੀ ਜ਼ਰੂਰੀ ਨਹੀਂ ਹੈ ਤੇ ਦੇ ਵਿਲ ਨਾਟ ਸ਼ੋ ਕਿ ਮਰਡਰ ਹੋਇਆ ਹੈ, ਕੋਈ ਮੌਤ ਦੀ ਖਬਰ ਆਈ ਹੈ ਜਾਂ ਕੋਈ ਕ੍ਰਾਈਮ ਦੀ ਖਬਰ ਹੈ, ਨਹੀਂ ਦਿਖਾਉਂਦੇ, ਨਹੀਂ ਦਿਖਾਈਆਂ ਜਾਂਦੀਆਂ। ਸੋ ਉਹ ਲੋਕਾਂ ਦੇ ਮਾਈਂਡ ਸੈਟ ਨੂੰ ਦੇਖ ਕੇ ਤੇ ਇਹ ਉੱਥੇ ਫਿਰ ਗਾਈਡ ਕੀਤਾ ਜਾਂਦਾ ਤੁਹਾਨੂੰ, ਇਹ ਕੰਪਨੀ ਦੀਆਂ ਪਾਲਿਸੀਜ਼ ਹੁੰਦੀਆਂ ਨੇ, ਗਾਈਡਲਾਈਨਸ ਹੁੰਦੀਆਂ ਨੇ ਕਿ ਤੁਸੀਂ ਇਹ ਸ਼ਬਦ ਯੂਜ਼ ਨਹੀਂ ਕਰ ਸਕਦੇ। ਸ਼ਬਦਾਂ ਤੇ ਬੜੀ ਆਪੱਤੀ ਹੈ ਕਿਉਂਕਿ ਕਈ ਸ਼ਬਦ ਤੁਹਾਨੂੰ ਪਤਾ ਹੈ ਕਿ ਅਸੀਂ ਧਿਆਨ ਨਹੀਂ ਦਿੰਦੇ ਪਰ ਉਹ ਰੇਸਿਜ਼ਮ ਦੇ ਨਾਲ ਜੁੜ ਜਾਂਦੇ ਨੇ। ਸੋ ਜਿਵੇਂ ਉੱਥੋਂ ਰੈੱਡ ਇੰਡੀਅਨਸ ਕਹੇ ਜਾਂਦੇ ਨੇ ਉਹਨਾਂ ਨੂੰ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ, ਸੋ ਉਹਨਾਂ ਨੂੰ ਉੱਥੇ ਲਿਖਿਆ ਹੁੰਦਾ ਕਿ ਹਾਂ ਵੀ ਰੈੱਡ ਇੰਡੀਅਨਸ ਤੁਸੀਂ ਮੇਰੇ ਨਾਲ ਗੱਲ ਕਰਦੇ ਤਾਂ ਕਹਿ ਸਕਦੇ ਹੋ ਪਰ ਤੁਸੀਂ ਕਿਸੇ ਦੇ ਸਾਹਮਣੇ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ, ਤੁਸੀਂ ਬਲੈਕ ਸ਼ਰੇਆਮ ਨਹੀਂ ਕਹਿ ਸਕਦੇ, ਨਹੀਂ ਕਹਿ ਸਕਦੇ। ਹਾਂ ਇਹ ਆਪਾਂ ਆਮ ਵਰਤ ਲੈਂਦੇ ਹਾਂ, ਮੇਰੇ ਯਾਦ ਹੈ ਜਦੋਂ ਚੰਡੀਗੜ੍ਹ ਪੜ੍ਹਦੇ ਰਹੇ ਹਾਂ ਤੇ ਨਾਰਥ ਈਸਟਰਨਸ ਬਾਰੇ ਨਾ ਇੱਕ ਸ਼ਬਦ ਵਰਤਿਆ ਜਾਂਦਾ ਸੀਗਾ ਜਿਹੜਾ ਆਮ ਹੀ ਵਰਤ ਦਿੰਦੇ ਸੀ, ਪਰ ਜਿਵੇਂ ਜਿਵੇਂ ਸਮਝ ਆਈ ਪਤਾ ਲੱਗਿਆ ਕਿ ਇਹ ਤਾਂ ਰੇਸਿਸਟ ਸ਼ਬਦ ਹੈ, ਇਹ ਨਹੀਂ ਵਰਤਿਆ ਜਾਣਾ ਚਾਹੀਦਾ। ਉਵੇਂ ਜਿਵੇਂ ਤੁਸੀਂ ਬਲੈਕ ਕਿਹਾ ਵੀ ਕਾਲੇ ਸ਼ਬਦ ਆਮ ਹੀ ਉੱਥੇ ਵਰਤ ਦਿੰਦੇ ਆ ਪਰ ਉਹ ਨਹੀਂ ਵਰਤਿਆ ਜਾਣਾ ਚਾਹੀਦਾ। ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ, ਉਵੇਂ ਦੇਸੀ ਵੀ ਰੇਸਿਸਟ ਨਹੀਂ ਆ ਫਿਰ, ਫਿਰ ਤਾਂ ਇਸ ਗੱਲੋਂ ਦੇਸੀ ਕਹਿਣਾ ਵੀ ਰੇਸਿਸਟ ਹੈ। ਔਰ ਇਹ ਵੈਸੇ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਨਾ ਇਹ ਵੀ ਅਪਲਾਈ ਜ਼ਿਆਦਾਤਰ ਗੋਰਿਆਂ ਦੀ ਆਰਗੇਨਾਈਜੇਸ਼ਨ 'ਚ ਹੀ ਹੋ ਰਹੀਆਂ ਨੇ, ਪਰ ਮੈਨੂੰ ਲੱਗਦਾ ਗੋਰੇ ਤਾਂ ਨਹੀਂ ਕਹਿੰਦੇ ਹੋਣੇ, ਗੋਰੇ ਥੋੜੀ ਦੇਸੀ ਕਹਿੰਦੇ, ਆਪਣੇ ਬੰਦੇ ਹੀ ਆਪਣੇ ਬੰਦੇ ਗੋਰਿਆਂ ਨੂੰ ਸਿਖਾ ਵੀ ਦਿੰਦੇ ਆ ਨਾ ਵੀ ਦੇਸੀ ਕਹਿਣਾ, ਦੇਸੀ ਕਹਿਣਾ। ਸੋ ਇਹ ਜਿਹੜੀ ਇੱਕ ਇਹ ਪਾੜਾ ਕਿਉਂ ਹੈ ਕਿ ਜਿਹੜੇ ਪੁਰਾਣੇ ਗਏ ਬੰਦੇ ਨੇ ਜਿਹੜੇ ਸੈਟਲਡ ਨੇ ਬਹੁਤ ਸਾਲਾਂ ਤੋਂ, ਉਹ ਸਟੂਡੈਂਟਸ ਬਾਰੇ ਮੈਂ ਸੁਣਿਆ ਕਿ ਬਹੁਤਾ ਚੰਗਾ ਥੋਟ ਨਹੀਂ ਰੱਖਦੇ, ਉਹ ਇੱਕ ਨਫ਼ਰਤ ਦਾ ਦੌਰ ਜਿਹਾ ਬਣਿਆ ਹੋਇਆ। ਅਫਕੋਰਸ ਇਹ ਹੈ ਚੀਜ਼, ਮੈਂ ਵੀ ਓਬਜ਼ਰਵ ਕੀਤੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਮੁਲਕ ਅਸੀਂ ਸਿਰਜਿਆ ਸੀ ਅਸੀਂ ਜ਼ੀਰੋ ਤੋਂ ਆ ਕੇ ਸਟਾਰਟ ਕੀਤਾ ਹੈ, ਇਹਨਾਂ ਨੂੰ ਇੱਕ ਤਾਂ ਆਉਂਦੇ ਸਾਰ ਉਨੀ ਮਿਹਨਤ ਨਹੀਂ ਕਰਨੀ ਪਈ ਜਿੰਨੀ ਅਸੀਂ ਕੀਤੀ ਹੈ, ਐਂਡ ਅਫਕੋਰਸ ਇਹਨਾਂ ਨੇ ਆਣ ਕੇ ਮਾਹੌਲ ਵੀ ਖਰਾਬ ਕੀਤਾ, ਔਰ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਸਟੂਡੈਂਟਸ ਦੇ ਵੀ ਦੋ ਪੱਖ ਹੈਗੇ ਨੇ, ਮੈਂ ਹੁਣੇ ਪਿੱਛੇ ਜੇ ਮੈਨੂੰ ਵੀਡੀਓਜ਼ ਕੈਲਗਰੀ ਦੀਆਂ ਹੀ ਕਿਸੇ ਨੇ ਭੇਜੀਆਂ, ਐਂਡ ਆਈ ਵਾਸ ਸਰਪ੍ਰਾਈਜ਼ਡ ਕਿ ਇਹ ਕੈਲਗਰੀ ਦੇ ਪਲਾਜ਼ਾ ਦੀ ਵੀਡੀਓ ਸੀ ਕਿ ਖੁੱਲ੍ਹੀਆਂ ਜੀਪਾਂ ਦੇ ਵਿੱਚ ਲੰਡੀਆਂ ਜੀਪਾਂ 'ਚ ਉੱਥੇ ਗੇੜੀਆਂ ਲੱਗ ਰਹੀਆਂ ਨੇ, ਉੱਚੀ ਉੱਚੀ ਗਾਣੇ ਵਜਾਏ ਜਾ ਰਹੇ ਨੇ। ਸੋ ਹੌਲੀ ਹੌਲੀ ਕਹਿੰਦੇ ਕਿ ਜਿਵੇਂ ਬ੍ਰੈਂਪਟਨ ਤੋਂ ਕਰਾਊਡ ਮੂਵ ਕਰ ਰਿਹਾ ਸੀ ਕੈਲਗਰੀ ਕਿਉਂਕਿ ਘਰ ਸਸਤੇ ਨੇ, ਸੋ ਉੱਦਾਂ ਹੀ ਕਹਿੰਦੇ ਹੁਣ ਸਟੂਡੈਂਟਸ ਮੂਵ ਕਰ ਰਹੇ ਨੇ ਉੱਥੇ, ਉਸੇ ਤਰੀਕੇ ਦੇ ਨਾਲ ਉਹ ਹੁੱਲੜਬਾਜ਼ੀ ਮੂਵ ਕਰ ਰਹੀ ਹੈ ਜਿਹ ਤੋਂ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ। ਉਹ ਕਹਿੰਦੇ ਨੇ ਕਿ ਇੱਕ ਤਾਂ ਇਹ ਸਾਡਾ ਨਾਮ ਖਰਾਬ ਕਰ ਰਹੇ ਨੇ ਤੇ ਦੂਜਾ ਇਹਨਾਂ ਨੇ ਉਹ ਅਸੀਂ ਸੰਘਰਸ਼ ਕੀਤਾ ਤੇ ਇਸੇ ਕਰਕੇ ਅੱਜ ਅਸੀਂ ਇੰਨੇ ਜੋਗੇ ਹੋਏ ਹਾਂ ਕਿ ਸਾਡੇ ਪਿੰਡਾਂ ਦੇ ਵਿੱਚ ਵੀ ਕੋਠੀਆਂ ਨੇ ਤੇ ਅੱਜ ਅਸੀਂ ਇੱਥੇ ਵੀ ਕਾਰੋਬਾਰ ਸੈੱਟ ਕੀਤੇ ਨੇ। ਉਹ ਇਹ ਜ਼ਰੂਰ ਹੈ, ਇਸ ਕਰਕੇ ਉਹ ਪਰੇਸ਼ਾਨ ਹੁੰਦੇ ਨੇ। ਇਸੇ ਕਰਕੇ ਜਿਹੜੇ ਟੈਨੈਂਟਸ ਨੇ ਉਹ ਬੜੇ ਕਈ ਵਾਰ ਕਈਆਂ ਨੇ ਸ਼ਰਮ ਰੱਖਿਆ ਹੋਇਆ ਕਿ ਅਸੀਂ ਆਪਣੇ ਘਰ ਦੇ ਵਿੱਚ ਸਟੂਡੈਂਟਸ ਨੂੰ ਕਮਰਾ ਨਹੀਂ ਦੇਣਾ, ਅਸੀਂ ਸਟੂਡੈਂਟਸ ਨੂੰ ਆਪਣੇ ਘਰ ਰੱਖਣਾ ਨਹੀਂ ਹੈ। ਔਰ ਇਹਦੇ ਵਿੱਚ ਉਹਨਾਂ ਦੇ ਬਿਟਰ ਐਕਸਪੀਰੀਅੰਸ ਹੈ ਵੀ ਨੇ ਕਿਉਂਕਿ ਅਸੀਂ ਦੇਖੀਆਂ ਨੇ ਤਸਵੀਰਾਂ ਕਿ ਜਿਸ ਤਰੀਕੇ ਦੇ ਨਾਲ ਘਰਾਂ ਨੂੰ ਖਰਾਬ ਕੀਤਾ ਗਿਆ, ਡੈਮੇਜ ਕੀਤਾ ਗਿਆ। ਸੋ ਉਹਦੇ ਕਰਕੇ ਕੀਤਾ ਤੇ ਇੱਕ ਨੇ ਪਰ ਸਜ਼ਾ 10 ਨੂੰ ਮਿਲੀ। ਬਹੁਤ ਬਹੁਤ ਇੱਕ ਇਹ ਧਾਰਨਾ ਬਣੀ ਜਿਹੜੀ ਇਹਦੇ ਬਾਰੇ ਮੀਡੀਆ ਦਾ ਦੱਸੋ, ਥੋੜਾ ਪੰਜਾਬ ਦੇ ਮੀਡੀਆ ਬਾਰੇ ਤੁਹਾਡਾ ਕੀ ਓਪੀਨੀਅਨ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਨੈਸ਼ਨਲ ਮੀਡੀਆ ਨੂੰ ਤਾਂ ਗੋਦੀ ਮੀਡੀਆ ਕਿਹਾ, ਅਸੀਂ ਠੀਕ ਟਰੈਕ ਤੇ ਹੈਗੇ ਆ? ਵੈਸੇ ਤਾਂ ਚਲੋ ਮੈਂ ਆਪਣੇ ਆਪ ਨੂੰ ਇਸ ਲੈਵਲ ਤੇ ਸਮਝਦੀ ਨਹੀਂ ਹੈ ਕਿ ਮੈਂ ਕੋਈ ਕਮੈਂਟ ਕਰਾਂ, ਬਟ ਅਫਕੋਰਸ ਤੁਸੀਂ ਜਿਹੜੀ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਅੱਜ ਜਰਨਲਿਜ਼ਮ ਦੀ ਪਰਿਭਾਸ਼ਾ ਹੀ ਬਦਲ ਗਈ ਹੈ ਸਾਰੀ। ਮੈਂ ਆਪਣੀਆਂ ਇੱਕ ਪੁਰਾਣੀਆਂ ਵੀਡੀਓਜ਼ ਦੇਖ ਰਹੀ ਸੀ ਕਿ ਕਾਪੀ ਤੇ ਲਿਖ ਕੇ ਜਦੋਂ ਮੈਂ ਸਟਾਰਟ ਕੀਤਾ ਸੀ, ਇਟਸ ਬੀਨ 10 ਈਅਰਸ, ਸੋ
ਸਾਨੂੰ ਕਾਪੀ ਤੇ ਲਿਖ ਕੇ ਵੀਓ ਲਿਖਣਾ ਸਿਖਾਇਆ ਜਾਂਦਾ ਸੀ ਕਿ ਐਂਕਰ ਕੀ ਲਿਖਣਾ ਹੈ, ਫਿਰ ਉਸ ਤੋਂ ਬਾਅਦ ਵੀਓ ਤੁਸੀਂ ਲਿਖਣਾ ਹੈ, ਫਰਕ ਹੁੰਦਾ ਹੈ ਐਂਕਰ ਦੇ ਵਿੱਚ ਤੇ ਵੀਓ ਦੇ ਵਿੱਚ। ਸੋ ਅੱਜ ਮੈਂ ਦੇਖਦੀ ਹਾਂ ਕਿ ਅੱਜ ਬੜਾ ਸੌਖਾ ਹੈ ਕਿ ਮਾਈਕ ਆਈਡੀ ਚੱਕੀ, ਤੁਸੀਂ ਮਾਈਕ ਆਈਡੀ ਚੱਕ ਕੇ ਤੇ ਤੁਸੀਂ ਫੀਲਡ ਦੇ ਵਿੱਚ ਨਿਕਲ ਗਏ, ਤੁਸੀਂ ਵੀ ਰਿਪੋਰਟਰ ਹੋ, ਮੈਂ ਵੀ ਰਿਪੋਰਟਰ ਹਾਂ, ਕੋਈ ਫਰਕ ਨਹੀਂ ਹੈ। ਕਿਸੇ ਨੇ ਦੇਖਿਆ ਕਿ ਤੁਹਾਡਾ ਕਿੰਨਾ ਐਕਸਪੀਰੀਅੰਸ ਹੈ, ਤੁਸੀਂ ਕਿੱਥੋਂ ਸਿੱਖੇ ਹੋ ਤੇ ਮੈਂ ਕਿੱਥੋਂ ਸਿੱਖੀ ਹਾਂ। ਸੋ ਅੱਜ ਜਰਨਲਿਜ਼ਮ ਇਹ ਬਣ ਗਿਆ ਕਿ ਹਾਂ ਵੀ ਜਿਹਨੇ ਮਾਈਕ ਵਿਊਜ਼ ਮੈਟਰ ਕਰਦੇ, ਵਿਊਜ਼ ਮੈਟਰ ਕਰਦੇ ਨੇ ਆਫਕੋਰਸ, ਪਰ ਉਹ ਵਿਊਜ਼ ਔਰਗੈਨਿਕ ਹੋਣ ਇਹ ਮੈਟਰ ਨਹੀਂ ਕਰਦੇ। ਪਰ ਲੋਕ ਤਾਂ ਕਹਿੰਦੇ ਨਾ ਕਿ ਵਿਊ ਦੀ ਦੌੜ ਨਹੀਂ ਹੈ ਜਿਹੜੇ ਹਰ, ਪਰ ਉਹ ਸ਼ਾਮ ਨੂੰ ਦੇਖਦੇ ਆਪ ਵੀ ਹੈ ਕਿੰਨੇ ਆਏ ਹੈ। ਕਿਸੇ ਦਾ ਚੈਨਲ ਤੁਸੀਂ ਅੱਜ ਕਿਸੇ ਨੂੰ ਕਹਿ ਦੋ ਕਿ ਹਾਂ ਵੀ ਤੁਸੀਂ ਇਸ ਚੈਨਲ ਦੇ ਨਾਲ ਇੰਟਰਵਿਊ ਕਰੋ, ਸਭ ਤੋਂ ਪਹਿਲਾਂ ਤੁਹਾਡੇ ਵਿਊਜ਼ ਤੇ ਤੁਹਾਡੇ ਸਬਸਕ੍ਰਾਈਬਰ ਹੀ ਚੈੱਕ ਕਰੇਗਾ, ਉਸ ਤੋਂ ਬਾਅਦ ਹੀ ਔਰ ਸ਼ੀ ਵਿਲ ਡਿਸਾਈਡ ਕਿ ਉਹਨੇ ਤੁਹਾਡੇ ਨਾਲ ਇੰਟਰਵਿਊ ਕਰਨਾ ਹੈ। ਕੰਟੈਂਟ ਕਿਹੋ ਜਿਹਾ ਹੈ ਨਹੀਂ ਮੈਟਰ ਕਰ ਰਿਹਾ, ਨਹੀਂ ਮੈਟਰ ਕਰਦਾ ਬੰਦਾ ਕਿੰਨਾ ਚੰਗਾ ਕੰਟੈਂਟ ਪ੍ਰੋਡਿਊਸ ਕਰ ਰਿਹਾ ਮੈਟਰ ਨਹੀਂ ਕਰਦਾ, ਨਹੀਂ ਕਰਦਾ। ਔਰ ਮੈਨੂੰ ਲੱਗਦਾ ਕਿ ਅੱਜ ਚੰਗਾ ਕੰਟੈਂਟ ਵਾਲਾ ਤਾਂ ਬੜਾ ਪਿੱਛੇ ਰਹਿ ਗਿਆ ਹੈ, ਅੱਜ ਜਿਹਦਾ ਕੰਟੈਂਟ ਥੋੜਾ ਜਿਹਾ ਵੀਅਰਡ ਹੈ ਜਾਂ ਜਿਹੜਾ ਦੇਖ ਕੇ ਅਸੀਂ ਕਵਾਂਗੇ ਕਿ ਆਹ ਕੀ ਹੈ, ਫਿਰ ਤੁਹਾਨੂੰ ਅਲਟੀਮੇਟਲੀ ਯਕੀਨ ਆ ਜਾਵੇਗਾ ਕਿ ਨਹੀਂ ਰੇਸ ਦੇ ਵਿੱਚ ਇਹੀ ਘੋੜਾ ਅੱਗੇ ਜਾਵੇਗਾ। ਤੁਸੀਂ ਆਪਣਾ ਪਲੇਟਫਾਰਮ ਸ਼ੁਰੂ ਕੀਤਾ, ਤੁਹਾਡੇ ਤੇ ਆਪਣਾ ਮੈਂਟਲ ਪ੍ਰੈਸ਼ਰ ਨਹੀਂ ਹੈ, ਸੈਲਫ ਮੈਂਟਲ ਪ੍ਰੈਸ਼ਰ ਵੀ ਆਹੀ ਕੁਛ ਕਰੀਏ ਆਪਾਂ? ਆਫਕੋਰਸ ਮੈਂਟਲ ਪ੍ਰੈਸ਼ਰ ਹੈ ਤੇ ਸਮਝ ਵੀ ਨਹੀਂ ਆਉਂਦੀ, ਕਿਉਂਕਿ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜ਼ਮੀਰ ਨਹੀਂ ਮੰਨਦਾ, ਜਾਂ ਕਿਸੇ ਟਾਈਮ ਇੱਦਾਂ ਲੱਗਦਾ ਕਿ ਨਹੀਂ ਇਹ ਬਹੁਤ ਬਚਕਾਨੀਆਂ ਚੀਜ਼ਾਂ ਨੇ, ਜਾਂ ਇਹ ਤਾਂ ਜਰਨਲਿਜ਼ਮ ਦਾ ਸਟਾਈਲ ਨਹੀਂ ਸੀ। ਪਰ ਇਵੈਂਚੁਅਲੀ ਫਿਰ ਤੁਸੀਂ ਦੇਖਦੇ ਹੋ ਕਿ ਜੇ ਤੁਸੀਂ ਬਹੁਤ ਆਪਣਾ ਇੱਕ ਵੱਖਰਾ ਪਲੇਟਫਾਰਮ ਜਾਂ ਇੱਕ ਆਪਣਾ ਵੱਖਰਾ ਕੰਟੈਂਟ ਦਾ ਤਰੀਕਾ ਲੈ ਕੇ ਚੱਲੋਗੇ ਤੇ ਯੂ ਵਿਲ ਗੈਟ ਥੋੜ੍ਹੇ ਜਿਹੇ ਵਿਊਜ਼, ਤੇ ਤੁਹਾਡੇ ਉਹ ਥੋੜ੍ਹੇ ਜਿਹੇ ਲੋਕ ਹੋਣਗੇ ਜਿਹੜੇ ਇੱਕ ਦਿਨ ਦੇਖਣਗੇ, ਤਿੰਨ ਦਿਨ ਦੇਖਣਗੇ, ਕਿਉਂਕਿ ਇੰਨਾ ਕੁ ਜ਼ਿਆਦਾ ਕੰਪੀਟੀਸ਼ਨ ਹੁਣ ਹੋ ਗਿਆ ਹੈ ਕਿ ਪੀਪਲ ਹੈਵ ਐਨ ਨੰਬਰ ਆਫ ਚੋਇਸਿਸ, ਸਪੈਸ਼ਲੀ ਵੈਨ ਇਟ ਕਮਸ ਟੂ ਸੋਸ਼ਲ ਮੀਡੀਆ। ਇੰਸਟਾਗ੍ਰਾਮ ਕਿੰਨਾ ਜ਼ਰੂਰੀ ਹੋ ਗਿਆ, ਲੋਕ ਫੇਸਬੁੱਕ ਤੇ ਯੂਟਿਊਬ ਤੇ ਤੁਰੇ ਫਿਰਦੇ ਸੀ, ਮੈਨੂੰ ਲੱਗਦਾ ਕਿ ਸਾਰਾ ਫੋਕਸ ਹੁਣ ਇਹਦੇ ਤੇ, ਸਾਗਰ ਦੀ ਵੋਟੀ ਤੋਂ ਬਾਅਦ ਖਾਸ ਤੌਰ ਤੇ। ਅੱਛਾ, ਇਹ ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਫੇਸਬੁੱਕ ਵੀ ਬਹੁਤ ਡਾਊਨ ਚਲਾ ਜਾਏਗਾ, ਉਸ ਤੋਂ ਬਾਅਦ ਜਿਹੜਾ ਫੋਕਸ ਹੈ ਸ਼ਿਫਟ ਹੋ ਕੇ ਇੰਸਟਾਗ੍ਰਾਮ ਤੇ ਤਾਂ ਆ ਹੀ ਗਿਆ ਹੈ। ਸਨੈਪਚੈਟ ਨੇ ਨਵੇਂ ਫੀਚਰ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਹੁਣ ਸਪੋਟੀਫਾਈ ਤੁਸੀਂ ਦੇਖੋ, ਸਪੋਟੀਫਾਈ ਨੇ ਵੀ ਤੁਹਾਡੇ ਪੂਰੇ ਦੇ ਪੂਰੇ ਇੰਟਰਵਿਊਜ਼ ਪੋਡਕਾਸਟ ਨੂੰ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਤੁਸੀਂ ਉੱਥੇ ਸੁਣ ਸਕਦੇ ਹੋ, ਕਿਉਂਕਿ ਇਹ ਵੀ ਸਾਨੂੰ ਪਤਾ ਹੈ ਕਿ ਕਿਸੇ ਦੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਟੀਵੀ ਦੇ ਸਾਹਮਣੇ ਬੈਠ ਕੇ ਕੋਈ ਬੰਦਾ ਇੱਕ ਘੰਟੇ ਦਾ ਐਪੀਸੋਡ ਦੇਖੇ। ਸੋ ਸਪੋਟੀਫਾਈ ਤੇ ਜਿੱਦਾਂ ਅਸੀਂ ਗਾਣੇ ਸੁਣਦੇ ਹਾਂ, ਉਸੇ ਤਰੀਕੇ ਦੇ ਨਾਲ ਲੋਕ ਕਹਿੰਦੇ ਨੇ ਕਿ ਕਿਸੇ ਦਾ ਪੋਡਕਾਸਟ ਲਗਾ ਲਿਆ, ਚੰਗਾ ਲੱਗਾ ਤਾਂ ਸੁਣਦੇ ਜਾਵਾਂਗੇ, ਨਹੀਂ ਚੰਗਾ ਲੱਗਾ ਤਾਂ ਬੰਦ ਕਰ ਦੇਵਾਂਗੇ। ਸੋ ਇੰਸਟਾਗ੍ਰਾਮ ਵੀ ਬੜਾ ਜ਼ਰੂਰੀ ਹੈ, ਬਾਕੀ ਯੂ ਨੈਵਰ ਨੋ। ਸਾਗਰ ਦੀ ਵਾਟੀ ਤੁਸੀਂ ਇਗਜ਼ਾਮਪਲ ਲਈ ਹੈ, ਮੈਨੂੰ ਨਹੀਂ ਪਤਾ ਕਿ ਹੁਣ ਅਸੀਂ ਇਹਨੂੰ ਉਹਨਾਂ ਦਾ ਲੱਕ ਕਹੀਏ ਜਾਂ ਸਾਡੀ ਬਦਕਿਸਮਤੀ ਕਿ ਅਸੀਂ ਇੰਨੀ ਭੇਡ ਚਾਲ ਦੇ ਵਿੱਚ ਪੈ ਗਏ ਕਿ ਯੂ ਵੋਂਟ ਬਿਲੀਵ ਕਿ ਮੈਂ ਆਈ ਮੇਡ ਅ ਕਾਲ ਤੇ ਉਹਨਾਂ ਦੇ ਮੈਨੇਜਰ ਨੇ ਕਾਲ ਚੱਕੀ ਨੈਕਸਟ ਡੇ ਰਾਤੋਂ ਰਾਤ। ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਮੈਨੇਜਰ ਉਹਨਾਂ ਦੇ ਕੋਲ ਪਹਿਲਾਂ ਸੀ, ਤੇ ਹੀ ਵਾਜ਼ ਲਾਈਕ ਕਿ ਆਲਰੇਡੀ ਸਾਡੀਆਂ ਦਿਨ ਦੀਆਂ ਚਾਰ ਇੰਟਰਵਿਊਜ਼ ਲਾਈਨਡ ਅਪ ਨੇ, ਤੁਸੀਂ ਪਰਸੋਂ ਦਾ ਮੈਂ ਤੁਹਾਨੂੰ ਟਾਈਮ ਦੇ ਸਕਦਾ ਵਾਂ, ਮਤਲਬ ਕਿ ਅੱਜ ਦੀਆਂ ਵੀ ਚਾਰ ਲਾਈਨਡ ਅਪ ਨੇ, ਕੱਲ ਦਾ ਵੀ ਦਿਨ ਪੂਰਾ ਬਿਜ਼ੀ ਹੈ, ਤੇ ਪਰਸੋਂ ਨੂੰ ਜੇ ਤੁਸੀਂ ਆਉਣਾ ਚਾਹੋ ਤੇ ਤੁਸੀਂ ਆ ਸਕਦੇ ਹੋ ਆਲ ਦਾ ਵੇ ਟੂ ਅੰਮ੍ਰਿਤਸਰ। ਦੈਨ ਆਈ ਆਸਕ ਮਾਈਸੈਲਫ ਕਿ ਓਕੇ ਵੀ ਲੋਡ ਹੈਗੀ ਵੀ ਹੈ ਕਿ ਨਹੀਂ ਹੈਗੀ, ਹੈ ਦੈਨ ਆਈ ਡ੍ਰੌਪ ਦਾ ਆਈਡੀਆ ਵੀ ਨਹੀਂ ਕਰਨਾ ਹੁਣ ਸਾਗਰ। ਪਰ ਤੁਸੀਂ ਸੋਚਿਆ ਤਾਂ ਸਹੀ ਨਾ ਵੀ ਸਾਗਰ ਦੀ ਵੋਟਿੰਗ ਕਰਨਾ, ਸੋਚਿਆ ਇਹ ਸੋਚ ਕੇ ਸੀ ਕਿ ਸ਼ਾਇਦ ਮੈਂ ਪਹਿਲੇ ਨੰਬਰ ਤੇ ਹੋਵਾਂਗੀ, ਇਹ ਕੁਝ ਡਿਫਰੈਂਟ ਹੈ, ਫਿਰ ਮੈਨੂੰ ਪਤਾ ਲੱਗਾ ਕਿ ਨਹੀਂ ਮੈਂ ਬਹੁਤ ਪਿੱਛੇ ਹਾਂ, ਬਹੁਤ ਪਿੱਛੇ ਹਾਂ, ਆਲਰੇਡੀ 10 ਬੰਦੇ ਕਰ ਚੁੱਕੇ ਹਾਂ, ਇਸ ਤੋਂ ਪਹਿਲਾਂ ਬਹੁਤ ਬੰਦੇ ਅੱਗੇ ਸਾਗਰ ਦੀ ਵੋਟਿੰਗ ਚੱਲੇ ਆ ਜੀ। ਪਰ ਇੱਕ ਇਹ ਵੀ ਗੱਲ ਆਈ, ਆਖਰੀ ਸਵਾਲ ਤੁਹਾਨੂੰ ਮੈਂ ਕਰ ਰਿਹਾ ਕਿ ਕੁਝ ਕੁੜੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਬਹੁਤ ਮਸ਼ਹੂਰ ਇੰਸਟਾਗ੍ਰਾਮ ਤੇ ਹੋਈਆਂ, ਉੱਥੇ ਆਇਆ ਕਿ ਉੱਥੇ ਓਨਲੀ ਫੈਨਸ ਨਾਂ ਦੀ ਕੋਈ ਚੱਲ ਰਹੀ ਹੈ ਜਿੱਥੇ ਪੌਨ ਸਿੱਧਾ ਤੌਰ ਦੇ ਉੱਤੇ ਹੋ ਰਿਹਾ ਔਰ ਸਾਡੀਆਂ ਕੁੜੀਆਂ ਇਨਵੋਲਵ ਹੋਈਆਂ, ਜਿਹਦਾ ਕ੍ਰਿਟਿਸਿਜ਼ਮ ਬਹੁਤ ਹੋਇਆ, ਇਹ ਕੀ ਇਹਦਾ ਨੰਬਰ ਵੱਡਾ ਹੈ ਜਾਂ ਵੱਧ ਰਿਹਾ ਉੱਥੇ?
ਨੰਬਰ ਬਹੁਤ ਜ਼ਿਆਦਾ ਵੱਡਾ ਨਹੀਂ ਹੈ, ਬਟ ਆਫ ਕੋਰਸ ਹਾਂ ਕੁੜੀਆਂ ਹੈਗੀਆਂ ਨੇ, ਸਾਡੀਆਂ ਪੰਜਾਬੀ ਕੁੜੀਆਂ ਹੀ ਨੇ ਉੱਥੇ। ਪਰ ਤੁਸੀਂ ਜਦੋਂ ਕਹਿੰਦੇ ਨਾ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਦੂਜਾ ਪਹਿਲੂ ਮੈਂ ਇੱਕ ਵਾਰ ਜਾਣਨ ਦੀ ਕੋਸ਼ਿਸ਼ ਕੀਤੀ, ਬਟ ਅੱਗੋਂ ਉਹੀ ਚੀਜ਼ ਸੁਣਨ ਨੂੰ ਮਿਲੀ ਕਿ ਹਰ ਕਿਸੇ ਦਾ ਸ਼ੌਂਕ ਨਹੀਂ ਹੁੰਦਾ, ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਸਾਡੀ ਮਜਬੂਰੀ ਸੀ, ਅਸੀਂ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ, ਫਿਰ ਉੱਥੇ ਉਹੀ ਗੱਲ ਆ ਗਈ ਕਿ ਸਾਡੇ ਆਪਣੇ ਬੰਦਿਆਂ ਨੇ ਹੀ ਸਾਡਾ ਸ਼ੋਸ਼ਣ ਕੀਤਾ ਕਿ ਪੈਸੇ ਨਹੀਂ ਦਿੱਤੇ, 6-6 ਮਹੀਨੇ ਦੀਆਂ ਸਾਡੀਆਂ ਤਨਖਾਹਾਂ ਰੱਖ ਲਈਆਂ, ਸਾਲ ਸਾਲ ਸਾਨੂੰ ਪੈਸਾ ਨਹੀਂ ਦਿੱਤਾ, ਫਿਰ ਸਾਡੇ PR ਦੇ ਪੇਪਰ ਲੱਗਣੇ ਸੀ ਉਹਦੇ ਵਾਸਤੇ ਇੰਪਲੋਇਰ ਨੇ ਸਾਨੂੰ ਕੰਟਰੈਕਟ ਨਹੀਂ ਦਿੱਤਾ, ਫਿਰ ਸਾਡੇ ਕੋਲ ਰਸਤਾ ਕੀ ਬਚਿਆ। ਇਹ ਵੀ ਇੱਕ ਗੱਲ ਮੇਰੇ ਤੱਕ ਆਈ ਸੀ ਕਿ ਜਦੋਂ PR ਦੇ ਪੇਪਰ ਲੱਗਦੇ, ਬਹੁਤ ਸਾਰੇ ਜਿਹੜੇ ਇੰਪਲੋਇਰਸ ਨੇ ਉਹ ਕੁੜੀਆਂ ਨੂੰ ਐਕਸਪਲੋਇਟ ਕਰਦੇ ਆ ਫਿਜ਼ੀਕਲੀ ਵੀ ਪੇਪਰ ਤਾਂ ਦੇਵਾਂਗੇ। ਇਹ ਬਿਲਕੁਲ ਇਹ ਗੱਲ ਠੀਕ ਹੈ, ਔਰ ਇਹ ਮੈਨੂੰ ਲੱਗਦਾ ਕਿ ਇਕੱਲੀ ਕੈਨੇਡਾ ਦੀ ਗੱਲ ਨਹੀਂ ਹੈ, ਅਸੀਂ ਇੰਡੀਆ ਦੀ ਵੀ ਗੱਲ ਕਰੀਏ ਤੇ ਇਹ ਹਰ ਪ੍ਰੋਫੈਸ਼ਨ ਦੇ ਵਿੱਚ ਹੈ ਕਿ ਤੁਸੀਂ ਪ੍ਰੋਮੋਸ਼ਨ ਲੈਣੀ ਹੈ ਜਾਂ ਕਿਸੇ ਵੇਲੇ ਤੁਹਾਨੂੰ ਰੇਜ਼ ਤੁਹਾਡਾ ਰੋਕ ਲਿਆ ਜਾਂਦਾ ਹੈ। ਸੋ ਇਹਦੇ ਵੀ ਦੋ ਪਹਿਲੂ, ਮੀਡੀਆ ਦੇ ਵਿੱਚ ਵੀ ਹੈ, ਬਿਲਕੁਲ ਹੈ, ਹਰ ਫੀਲਡ ਦੇ ਵਿੱਚ। ਤੁਸੀਂ ਆਪਦਾ ਆਲਾ ਦੁਆਲਾ ਇਹੋ ਜਿਹਾ ਦੇਖਿਆ ਕਦੇ ਜ਼ਿੰਦਗੀ ਦੇ ਵਿੱਚ? ਮੈਂ ਪਰਸਨਲੀ ਤਾਂ ਟੱਚਵੁੱਡ ਮੇਰੇ ਨਾਲ ਤਾਂ ਇਸ ਤਰ੍ਹਾਂ ਦਾ ਕੁਛ ਨਹੀਂ ਹੋਇਆ, ਬਟ ਮੈਂ ਆਪਣੇ ਆਲੇ ਦੁਆਲੇ ਜ਼ਰੂਰ ਦੇਖਿਆ ਹੈ। ਰੀਸੈਂਟਲੀ ਮੈਂ ਇੱਕ ਲੜਕੀ ਦੀ ਇੰਟਰਵਿਊ ਵੀ ਕੀਤੀ ਹੈ, ਉਹਨੇ ਮੈਨੂੰ ਦੱਸਿਆ ਹੈ ਕਿ ਉਹਨੂੰ ਜੋਬ ਤੱਕ ਆਪਣੀ ਛੱਡਣੀ ਪਈ 4 ਸਾਲ ਦੀ, ਕਿਉਂਕਿ ਇੰਨਾ ਕੁ ਜ਼ਿਆਦਾ ਉਸਨੂੰ ਐਕਸਪਲੋਇਟ ਕੀਤਾ ਗਿਆ, ਇੰਨਾ ਕੁ ਜ਼ਿਆਦਾ ਤੰਗ ਪਰੇਸ਼ਾਨ ਕਰ ਦਿੱਤਾ ਗਿਆ ਕਿ ਦੋ ਹੀ ਰਸਤੇ ਸੀ ਕਿ ਜਾਂ ਤਾਂ ਗੱਲ ਮੰਨ ਲਈ ਜਾਵੇ ਜਾਂ ਫਿਰ ਆਪਣਾ ਬੁਰੀਆ ਬਿਸਤਰਾ ਚੱਕ ਕੇ ਤੁਸੀਂ ਚਲੇ ਜਾਓ। ਇੱਕ ਕੁਰਸੀ ਤੇ ਬੈਠੇ ਬੰਦੇ ਦੀ ਮਾਨਸਿਕਤਾ ਹੋ ਜਾਂਦੀ ਹੈ, ਬਿਲਕੁਲ ਮੈਂ 25-30 ਲੱਖ ਰੁਪਿਆ ਕਰਜ਼ਾ ਚੱਕ ਕੇ ਆਉਂਦਾ ਸੀ, ਮੇਰੇ ਪੇਰੈਂਟਸ ਨੇ ਮੈਨੂੰ ਭੇਜਿਆ ਸੀ ਤੇ ਮੈਂ ਹੁਣ ਵਾਪਸ ਨਹੀਂ ਜਾ ਸਕਦੀ, ਮੇਰੇ ਲਈ PR ਬਹੁਤ ਜ਼ਰੂਰੀ ਹੈ। ਕੋਈ ਗੱਲ ਨਹੀਂ, ਅੱਜ ਮੈਂ ਮੁਸ਼ਕਲ ਦੌਰ ਦੇ ਵਿੱਚੋਂ ਨਿਕਲ ਜਾਵਾਂਗੀ, ਕੱਲ ਮੈਂ PR ਲੈ ਲਵਾਂਗੀ। ਸੇਮ ਚੀਜ਼ ਅਸੀਂ ਇੰਡੀਆ ਦੀ ਆ ਜਾਵੇ ਤੇ ਇਹੀ ਆ ਕਿ ਜੇ ਮੈਂ ਸੈਲਰੀ ਮੈਨੂੰ ਨਹੀਂ ਮਿਲੇਗੀ, ਮੈਂ PG ਦਾ ਆਪਣਾ ਰੈਂਟ ਕਿੱਦਾਂ ਚੱਕਾਂਗੀ, ਮੈਂ ਪਿੱਛੇ ਪੇਰੈਂਟਸ ਨੂੰ ਕਿੱਦਾਂ ਕਰਾਂਗੀ। ਸੋ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੁੜੀਆਂ ਦੱਸ ਹੀ ਨਹੀਂ ਪਾਉਂਦੀਆਂ, ਔਰ ਇਕੱਲੀ ਕੁੜੀਆਂ ਨੇ ਨਹੀਂ, ਮੈਂ ਮੁੰਡਿਆਂ ਦੇ ਵਿੱਚ ਵੀ ਇਹ ਚੀਜ਼ ਦੇਖੀ ਹੈ, ਮੁੰਡੇ ਵੀ ਐਕਸਪਲੋਇਟ ਹੁੰਦੇ ਨੇ। ਅੱਛਾ, ਬਹੁਤ ਵੱਡੇ ਲੈਵਲ ਤੇ ਮੁੰਡੇ ਐਕਸਪਲੋਇਟ ਹੁੰਦੇ ਨੇ। ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਤੁਸੀਂ ਕਹੋ ਕਿ ਤੂੰ ਯਾਰ ਗੱਲ ਕਿਉਂ ਨਹੀਂ ਕਰਦਾ, ਕਿ ਮਜਬੂਰੀਆਂ ਨੇ। ਇਹ ਨਵੀਂ ਗੱਲ ਕਰ ਰਹੇ ਹੋ ਤੁਸੀਂ ਕਿ ਮੁੰਡੇ ਕਿਸ ਤਰੀਕੇ ਨਾਲ ਐਕਸਪਲੋਇਟ ਇਸ ਇੰਡਸਟਰੀ ਦੇ ਤਰੀਕੇ ਦੇ ਨਾਲ, ਸੇਮ ਤਰੀਕੇ ਦੇ ਨਾਲ, ਕਿਉਂਕਿ ਅਸੀਂ ਬੜਾ ਕਹਿੰਦੇ ਹਾਂ ਕਿ ਅਸੀਂ ਮਾਡਰਨ ਹੋ ਗਏ, ਅਸੀਂ LGBTQ ਦੇ ਕਲਚਰ ਨੂੰ ਕਿਹਾ ਕਿ ਅਸੀਂ ਉਹਨੂੰ ਐਕਸੈਪਟ ਤਾਂ ਨਹੀਂ ਕਰਦੇ, ਜਿਹੜੀ ਗੱਲ ਸਿੱਧੀ ਜਿਹੜੀ ਗੱਲ ਹੈ ਅਸੀਂ ਸ਼ਾਇਦ ਨਹੀਂ ਕਰਦੇ ਹੋਵਾਂਗੇ। ਕੈਨੇਡਾ ਦੇ ਵਿੱਚ ਬੜਾ ਵਿਰੋਧ ਹੈ ਇਸ ਚੀਜ਼ ਦਾ, ਪੇਰੈਂਟਸ ਬੜਾ ਵਿਰੋਧ ਕਰਦੇ ਨੇ, ਸਕੂਲਾਂ 'ਚ ਕਹਿੰਦੇ ਕਿ ਬੱਚਿਆਂ ਨੂੰ ਕਿਹਾ ਜਾਂਦਾ ਜੈਂਡਰ ਚੂਜ਼ ਕਰ ਲਓ ਤੁਸੀਂ ਆਪਣਾ। ਸੋ ਉਹ ਛੋਟੇ ਛੋਟੇ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਕਹਿੰਦੇ ਪਾਇਆ ਜਾਂਦਾ ਹੈ, ਸੋ ਇਸ ਕਰਕੇ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਬਹੁਤ ਇਸ ਦਾ ਵਿਰੋਧ ਕਰਦੀ ਹੈ, ਵਿਰੋਧ ਕਰਦੇ ਹੈ। ਸੋ ਇਹ ਉੱਥੋਂ ਹੀ ਚੀਜ਼ਾਂ ਡਿਵੈਲਪ ਹੁੰਦੀਆਂ ਨੇ ਤੇ ਅੱਗੇ ਚੱਲ ਕੇ ਇਹ ਐਕਸਪਲੋਇਟੇਸ਼ਨ ਦਾ ਕਾਰਨ ਵੀ ਬਣਦੀਆਂ ਨੇ। ਸਾਡੀ ਕਮਿਊਨਿਟੀ 'ਚ ਵੀ ਵਧਿਆ ਇਹ ਟ੍ਰੈਂਡ LGBTQ ਦਾ, ਬਿਲਕੁਲ, ਕਿਉਂਕਿ ਕੁੜੀਆਂ ਲੈਸਬੀਅਨਸ ਬਣ ਰਹੀਆਂ, ਮੁੰਡੇ ਗੇਜ਼ ਬਣ ਰਹੇ ਆ, ਹੋ ਰਿਹਾ ਹੈ ਜੀ ਉੱਥੇ ਜ਼ਿਆਦਾ, ਕਿਉਂਕਿ ਇੱਥੇ ਹਾਲੇ ਇੰਨਾ ਓਪਨਲੀ ਚੀਜ਼ਾਂ ਸਾਹਮਣੇ ਨਹੀਂ ਆ ਰਹੀਆਂ ਇੱਥੇ। ਤੁਸੀਂ ਵੈਸੇ ਜੇ ਹੁਣ ਇੰਸਟਾਗ੍ਰਾਮ ਦੀ ਗੱਲ ਕੀਤੀ, ਤੁਸੀਂ ਇੰਸਟਾਗ੍ਰਾਮ ਚੈੱਕ ਕਰੋ ਤਾਂ ਤੁਹਾਨੂੰ ਬਹੁਤ ਸਾਰੀਆਂ ਪ੍ਰੋਫਾਈਲਸ ਮਿਲਣਗੀਆਂ। ਇੱਕ ਮੁੰਡੇ ਬਾਰੇ ਮੈਂ ਜ਼ਿਕਰ ਵੀ ਕੀਤਾ ਸੀਗਾ ਉਹਦੇ ਵਿੱਚ, ਜਿਸ ਤੋਂ ਬਾਅਦ ਮੈਨੂੰ, ਮੈਂ ਸਰਪ੍ਰਾਈਜ਼ਡ ਹੋਇਆ, ਉਹ ਇੱਕ ਸਿੱਖ ਨੌਜਵਾਨ ਸੀਗਾ ਜਿਹੜਾ ਮੇਕਅਪ ਕਰਕੇ ਔਰ ਉਹ ਔਰਤਾਂ ਵਾਲੇ ਅਟਾਇਰ ਪਾਉਂਦਾ, ਤਾਂ ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਡਿਕਲੇਅਰ ਕਰ ਕਿ ਤੂੰ ਟਰਾਂਸਜੈਂਡਰ ਹੈ, ਤੂੰ ਗੇ ਹੈ ਕੀ ਹੈ, ਕਿ ਇਹ ਮੈਨੂੰ ਲੱਗਦਾ ਕਿ ਠੀਕ ਨਹੀਂ ਹੈ, ਕਿ ਤੂੰ ਡਿਕਲੇਅਰ ਐਟਲੀਸਟ ਤੈਨੂੰ ਦੱਸਣਾ ਚਾਹੀਦਾ। ਤਾਂ ਉਸ ਤੋਂ ਬਾਅਦ ਜਦੋਂ ਬਹੁਤ ਸਾਰੀ ਉਹ ਕਮਿਊਨਿਟੀ ਨੇ ਮੇਰੇ ਤੇ ਸਵਾਲ ਕੀਤਾ, ਤਾਂ ਮੈਂ ਸਰਪ੍ਰਾਈਜ਼ਡ ਹੋਇਆ ਕਿ ਦੁਨੀਆ ਭਰ ਦੇ ਵਿੱਚ ਸੈਂਕੜੇ ਐਸੇ ਸਿੱਖ ਨੌਜਵਾਨ ਨੇ ਜਿਹੜੇ ਓਪਨਲੀ ਐਕਸੈਪਟ, ਠੀਕ ਹੈ ਮੈਂ ਇਹ ਕਹਿ ਰਿਹਾ ਕਿ ਜੇ ਉਹ ਗੇ ਹੈ ਔਰ ਐਕਸੈਪਟ ਕਰ ਰਿਹਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਮੈਂ ਇਹ ਚਾਹ ਰਿਹਾ ਸੀਗਾ ਕਿ ਉਹ ਆਪਦਾ ਜੈਂਡਰ ਐਕਸਪਲੇਨ ਕਰੇ। ਤਾਂ ਮੈਂ ਇਸ ਪੁਆਇੰਟ ਆਫ ਵਿਊ ਤੋਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਕੈਨੇਡਾ 'ਚ
ਕਿਵੇਂ ਹੈ ਇਹ ਕਲਚਰ? ਕੀ ਓਪਨਲੀ ਸਾਡੀ ਕਮਿਊਨਿਟੀ ਦੇ ਮੁੰਡੇ ਕੁੜੀਆਂ ਆ ਕੇ ਐਕਸੈਪਟ ਕਰ ਰਹੇ? ਓਪਨਲੀ ਮੁੰਡੇ ਕੁੜੀਆਂ ਤਾਂ ਐਕਸੈਪਟ ਕਰਦੇ ਨੇ, ਬਟ ਉਹੀ ਚੀਜ਼ ਹੈ ਕਿ ਪੇਰੈਂਟਸ ਨਹੀਂ ਐਕਸੈਪਟ ਕਰ ਪਾਉਂਦੇ, ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਮੁਸ਼ਕਿਲ ਵੀ ਹੈ, ਕਿਉਂਕਿ ਜਿਸ ਮਾਹੌਲ ਦੇ ਵਿੱਚੋਂ ਅਸੀਂ ਵੱਡੇ ਹੋਏ ਹਾਂ, ਅਸੀਂ ਇਹ ਚੀਜ਼ਾਂ ਕਦੇ ਦੇਖੀਆਂ ਨਹੀਂ ਹੈ। ਸੋ ਹੈਰਾਨੀ ਹੁੰਦੀ ਹੈ, ਮੈਂ ਵੀ ਜਦੋਂ ਦੇਖਿਆ ਸੀ ਸਾਹਮਣੇ ਤਾਂ ਕਿਸੇ ਵੇਲੇ ਤੁਹਾਨੂੰ ਹੈਰਾਨੀ ਹੁੰਦੀ ਹੈ, ਤੁਸੀਂ ਜੱਜ ਨਹੀਂ ਕਰ ਪਾਉਂਦੇ। ਬਟ ਅਗੇਨ ਉਹ ਚੀਜ਼, ਉਹ ਕਹਿੰਦੇ ਆ ਕਿ ਇੱਥੇ ਫਰੀਡਮ ਆਫ ਲਾਈਫ ਐਂਡ ਐਕਸਪ੍ਰੈਸ਼ਨ ਹੈ, 18 ਈਅਰਸ ਤੋਂ ਬਾਅਦ ਯੋਰ ਲਾਈਫ ਇਜ਼ ਟੋਟਲੀ ਯੋਰਸ, ਤੁਹਾਡੇ ਪੇਰੈਂਟਸ ਦਾ ਉਹਦੇ 'ਤੇ ਕੋਈ ਕੰਟਰੋਲ ਨਹੀਂ ਹੈ। ਬਹੁਤ ਧੰਨਵਾਦ ਅੰਮ੍ਰਿਤ, ਥੈਂਕ ਯੂ, ਤੁਸੀਂ ਆਏ, ਸਮਾਂ ਦਿੱਤਾ, ਔਰ ਦੋਨੋਂ ਪਾਸੇ ਦੇਖ ਰਹੇ ਹੋ, ਔਰ ਆਈ ਐਮ ਸ਼ੋਰ ਕਿ ਹੋਰ ਕੁਝ ਸਾਲਾਂ ਬਾਅਦ ਜ਼ਿੰਦਗੀ ਦੀ ਹੋਰ ਕਲੈਰਿਟੀ ਤੁਹਾਨੂੰ ਮਿਲੂਗੀ ਕਿ ਇੱਥੇ ਕੀ ਹੈ ਔਰ ਉੱਥੇ ਕੀ ਹੈ, ਪਰ ਮਾਂ ਪਿਓ ਇੱਥੇ ਹੀ ਰਹਿਣੇ ਆ ਹਮੇਸ਼ਾ, ਉਹ ਉੱਥੇ ਨਹੀਂ ਮਿਲਣਗੇ। ਬਹੁਤ ਧੰਨਵਾਦ ਅੰਮ੍ਰਿਤ ਵਿਰਦੀ ਹੋਣਾ ਦੇ ਨਾਲ ਖੁੱਲ ਕੇ ਕੈਨੇਡਾ ਦੀ ਜ਼ਿੰਦਗੀ ਦੇ ਉੱਤੇ ਚਰਚਾ ਕੀਤੀ ਹੈ। ਸਾਡੇ ਵਾਲੇ ਦੇ ਇਸ ਐਪੀਸੋਡ 'ਚ ਇੰਨਾ ਹੀ, ਧੰਨਵਾਦ।